ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 14 ਜੁਲਾਈ ਹੈ ਦਿਨ ਵੀਰਵਾਰ ਹੈ ਨਾਨਕਸ਼ਹੀ ਸੰਮਤ 554 ਦੇ ਮੁਤਾਬਕ ਅੱਜ 30 ਹੜ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਜ਼ੀਫਾ ਘੁਟਾਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ 350 ਕਰੋੜ ਦਾ ਘੁਟਾਲਾ ਹੋਣ ਦਾ ਖਰਸ਼ਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਪਰ ਇਸ ਘੁਟਾਲੇ ਦੇ ਨਾਲ ਜੁੜੇ ਰਸੂਖਧਾਰਾਂ ਦੇ ਆਧਾਰਿਆਂ ਨੂੰ ਹੱਥ ਪਾਉਣਾ ਸੌਖਾ ਨਹੀਂ ਹੋਵੇਗਾ ਸਰਕਾਰ ਤੇ ਦਬਾਅ ਵਧਣ ਦੀ ਪੂਰੀ ਪੂਰੀ ਸੰਭਾਵਨਾ ਹੈ ਕਿਉਂਕਿ ਮਾਮਲਾ ਸਿਰਫ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੱਕ ਸੀਮਿਤ ਨਹੀਂ ਹੈ ਵਜ਼ੀਫਾ ਘੁਟਾਲੇ ਦੇ ਵਿੱਚ ਵੱਡੇ ਆਧਾਰੇ ਵੀ ਜੁੜੇ ਹੋ ਸਕਦੇ ਨੇ ਇਸੇ ਤਰ੍ਹਾਂ ਜੰਗਲਾਤ ਘਟਾਲੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਤਾਂ ਜੇਲ੍ਹ ਦੀ ਹਵਾ ਫੱਕ ਰਹੇ ਨੇ ਪਰ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਅਤੇ ਹੁਣ ਵਿਜੀਲੈਂਸ ਨੇ ਗਿਲਜੀਆ ਦੇ ਭਤੀਜੇ ਨੂੰ ਗ੍ਰਿਫਤਾਰ ਕਰ ਲਿਆ ਪਤਾ ਲੱਗਿਆ ਕਿ ਦਲਜੀਤ ਸਿੰਘ ਗਿਲਜੀਆ ਦੀ ਜੰਗਲਾਤ ਵਿਭਾਗ ਵੱਲੋਂ ਬੂਟੀਆਂ ਨੂੰ ਪਸ਼ੂਆਂ ਤੋਂ ਬਚਾਉਣ ਲਈ ਖਰੀਦੇ ਗਏ ਟਰੀ ਗਾਰਡਨਾਂ ਦੇ ਕਪੜੇ ਵਿੱਚ ਕਥਿਤ ਤੌਰ ਤੇ ਸ਼ਮੂਲੀਅਤ ਦੇ ਤੱਥ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਭਤੀਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਯੂਪੀ ਦੇ ਕਾਨਪੁਰ ਸਿੱਖ ਕਤਲੇਆਮ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਵਿਸ਼ੇਸ਼ ਜਾਂਚ ਟੀਮ ਨੇ ਕਾਨਪੁਰ ਦੇ ਵਿੱਚ ਹੀ ਚਾਰ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਜੋ ਕਥਿਤ ਤੌਰ ਤੇ ਹਿੰਸਾ ਦਰਾਂ ਕਰ ਨੂੰ ਅੱਗ ਲਾਉਣ ਵਾਲੀ ਭੀੜ ਦਾ ਹਿੱਸਾ ਸਨ 1984 ਵਿੱਚ ਕਾਨਪੁਰ ਦੇ ਵਿੱਚ ਹੋਏ ਸਿੱਖ ਕਤਲੇਆਮ ਦੇ ਵਿੱਚ ਕੁੱਲ 127 ਲੋਕ ਮਾਰੇ ਗਏ ਸਨ ਸਿਟ ਨੇ ਹੁਣ ਤੱਕ ਯੂਪੀ ਸਰਕਾਰ ਨੇ ਕਤਲਿਆਂ ਨਾਲ ਸਬੰਧਤ ਮਾਮਲਿਆਂ ਦੀ ਮੋੜ ਜਾਂਚ ਲਈ 3 ਸਾਲ ਪਹਿਲਾਂ ਸੈਟ ਕਾਇਮ ਕੀਤੀ ਸੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਨ ਲਾਲ ਪਾਂਡੇ ਉਮਰ 85 ਸਾਲ ਹੋ ਚੁੱਕੀ ਹੈ ਧਰਿੰਦਰ ਕੁਮਾਰ ਤਿਵਾੜੀ 70 ਸਾਲ ਦਾ ਹੋ ਚੁੱਕਿਆ ਹੈ ਦੀਪਕ 70 ਸਾਲ ਦਾ ਹੋ ਚੁੱਕਿਆ ਹੈ ਤੇ ਕਲਾਸ਼ ਪਾਲ ਵੀ 70 ਸਾਲ ਦਾ ਹੈ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਵੱਡੀ ਗੱਲ ਸਾਹਮਣੇ ਆਈ ਹੈ ਪੁਲਿਸ ਦੀ ਜਾਂਚ ਵਿੱਚ ਉਹ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਨਿਸ਼ਾਨਾ ਬਣ ਗਿਆ ਸ਼ਿਕਾਰ ਬਣ ਗਿਆ ਸਿੱਧੂ ਮੂਸੇਵਾਲੇ ਦਾ ਖੁਦ ਕਿਸੇ ਵੀ ਅਪਰਾਧਿਕ ਸਰਗਰਮੀ ਦੇ ਵਿੱਚ ਹੱਥ ਨਹੀਂ ਸੀ ਕਿਸੇ ਵੀ ਗੈਂਗਸਟਰ ਗਰੁੱਪ ਦੇ ਨਾਲ ਉਸ ਦਾ ਕੋਈ ਵਾਅ ਵਾਸਤਾ ਨਹੀਂ ਸੀ ਪਰ ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮੂਸੇਵਾਲੇ ਦਾ ਕਤਲ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਹੀ ਨਤੀਜਾ ਸੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਲੇ ਨੂੰ ਕਰੀਬ 60 ਗੈਂਗਸਟਰਾਂ ਤੇ ਉਹਨਾਂ ਦੇ ਹਮਾਇਤੀਆਂ ਨੇ ਸਾਜ਼ਿਸ਼ ਘੜ ਕੇ ਨਿਸ਼ਾਨਾ ਬਣਾਇਆ ਮੂਸੇਵਾਲੇ ਦੇ ਕਤਲ ਦੇ ਕਾਰਨਾ ਤੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਲਈ ਦਿੱਲੀ ਪੁਲਿਸ ਦੇ ਵਿਸ਼ੇਸ਼ ਆਪਰੇਸ਼ਨ ਸੈੱਲ ਦੀ ਅਗਵਾਈ ਦੇ ਹੇਠ ਕਰੀਬ 400 ਪੁਲਿਸ ਮੁਲਾਜ਼ਮ ਤੇ ਪੰਜਾਬ ਪੁਲਿਸ ਦੇ ਕਰੀਬ 200 ਮੁਲਾਜ਼ਮ ਲੱਗੇ ਹੋਏ ਨੇ ਮਾਨਸਾ ਤੇ ਬਠਿੰਡਾ ਜ਼ਿਲ੍ਹਿਆਂ ਦੇ ਸੈਂਕੜੇ ਪੁਲਿਸ ਕਰਮੀ ਵੀ ਇਹਨਾਂ ਦੀ ਸਹਾਇਤਾ ਕਰ ਰਹੇ ਨੇ ਕਾਤਲਾਂ ਦੀਆਂ ਪੈੜਾਂ ਨੱਪਣ ਲਈ ਲੱਖਾਂ ਫੋਨਾਂ ਦੇ ਡੇਟਾ ਨੂੰ ਖੰਗਾ ਲਿਆ ਗਿਆ ਹੈ ਇੰਟਰਨੈਟ ਜਾਂ ਸੀਸੀਟੀਵੀ ਰਾਹੀਂ ਸ਼ੂਟਰਾਂ ਦੀ ਪਛਾਣ ਕੀਤੀ ਗਈ ਪਰ ਇੰਨੀ ਭਜਨਠ ਦੇ ਬਾਵਜੂਦ ਵੀ ਅਤੇ ਇੰਨੇ ਪੁਲਿਸ ਕਰਮੀ ਲੱਗੇ ਹੋਣ ਦੇ ਬਾਵਜੂਦ ਕਰੀਬ ਹਜ਼ਾਰ ਕੋ ਪੁਲਿਸ ਕਰਮੀ 600 ਤੱਕ ਦੇ ਲੱਗੇ ਹੋਏ ਨੇ ਬਾਕੀ ਜਿਹੜੇ ਸਹਾਇਤਾ ਕਰ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਜ਼ਾਰ ਦੇ ਕਰੀਬ ਪੁਲਿਸ ਕਰਮੀ ਲੱਗੇ ਹੋਣ ਦੇ ਬਾਵਜੂਦ ਵੀ 6 ਸ਼ੂਟਰਾਂ ਦੇ ਵਿੱਚੋਂ ਤਿੰਨ ਕਾਤਲ ਹਲੇ ਵੀ ਗ੍ਰਫਤ ਤੋਂ ਬਾਹਰ ਨੇ ਤੇ ਦੁਖਦਾਈ ਗੱਲ ਇਹ ਹੈ ਕਿ ਵਰਤੇ ਗਏ ਹਥਿਆਰ ਵੀ ਹਾਲੇ ਤੱਕ ਬਰਾਮਦ ਨਹੀਂ ਹੋਏ ਨੇ ਸ਼ੂਟਰਾਂ ਨੇ ਹਥਿਆਰ ਭਵਾਨੀ ਹਰਿਆਣਾ ਦੇ ਇੱਕ ਵਿਅਕਤੀ ਨੂੰ ਦਿੱਤੇ ਸਨ ਜਿਸ ਦਾ ਹਾਲੇ ਤੱਕ ਥੋ ਪਤਾ ਹੀ ਨਹੀਂ ਲੱਗ ਸਕਿਆ ਪੁਲਿਸ ਦੀ ਜਾਂਚ ਅਤੇ ਮੁਲਜ਼ਮਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜੋ ਦਾਅਵੇ ਕੀਤੇ ਗਏ ਨੇ ਉਹਨਾਂ ਤੰਦਾਂ ਨੂੰ ਜੋੜੀਏ ਤਾਂ ਪੰਜਾਬ ਤੇ ਦਿੱਲੀ ਪੁਲਿਸ ਨੇ ਇਹ ਹਿਸਾਬ ਲਾਇਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਹੀ ਤਿਹਾਰ ਜੇਲ੍ਹ ਚੋਂ ਮੂਸੇ ਵਾਲੇ ਨੂੰ ਮਾਰਨ ਦਾ ਫਰਮਾਨ ਸੁਣਾਇਆ ਸੀ ਚਾਰ ਲੋੜਿੰਦੇ ਗੈਂਗਸਟਰ ਕੈਨੇਡਾ ਰਹਿੰਦਾ ਗੋਲਦੀ ਬਰਾੜ ਸਚਿਨ ਬਿਸ਼ਨੋਈ ਜਿਸ ਨੇ ਇੱਕ ਟੀਵੀ ਚੈਨਲ ਦੇ ਪੱਤਰਕਾਰ ਨੂੰ ਫੋਨ ਕਰਕੇ ਖੁਦ ਕਿਹਾ ਸੀ ਕਿ ਮੈਂ ਆਪਣੇ ਹੱਥਾਂ ਨਾਲ ਸਿੱਧੂ ਮੂਸੇਵਾਲਾ ਮਾਰਿਆ ਉਹ ਵੀ ਪੁਲਿਸ ਦੀ ਗ੍ਰਫਤ ਤੋਂ ਬਾਹਰ ਅਨਮੋਲ ਬਿਸ਼ਨੋਈ ਇਹਨਾਂ ਨੇ ਪੰਜਾਬੀ ਗਾਇਕ ਨੂੰ ਮਾਰਨ ਦੀ ਯੋਜਨਾ ਕਢੀ ਸੀ ਤੇ ਇਹਨਾਂ ਸਾਰਿਆਂ ਦਾ ਪੰਜਾਬ ਹਰਿਆਣਾ ਤੇ ਦਿੱਲੀ ਦੀਆਂ ਘੱਟੂ-ਘੱਟ 10 ਜ਼ਿਲ੍ਹਿਆਂ ਦੇ ਨਾਲ ਨੈੱਟਵਰਕ ਜੁੜਿਆ ਹੋਇਆ ਸੀ ਤੇ ਇਸ ਗੱਲ ਨੂੰ ਸੁਣਦੇ ਹੋਏ ਇਹ ਆਪਾਂ ਦੇਖ ਸਕਦੇ ਹਾਂ ਕਿ ਸਾਡੇ ਮੁਲਕ ਦਾ ਸਿਸਟਮ ਕਿੰਨਾ ਤਕੜਾ ਹੈ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰ ਵੀ ਬਾਹਰ ਅਪਰਾਧਾਂ ਨੂੰ ਜਨਮ ਦਿੰਦੇ ਨੇ ਆਖਿਰਕਾਰ ਕਿਵੇਂ ਫੋਨ ਕਨੈਕਸ਼ਨ ਤੋਂ ਬਿਨਾ ਕਮਿਊਨੀਕੇਸ਼ਨ ਤੋਂ ਬਿਨਾ ਕਿਵੇਂ ਅੰਜਾਮ ਦਿੱਤਾ ਜਾ ਸਕਦਾ ਹੈ ਤੇ ਫੋਨ ਇਹਨਾਂ ਦੇ ਕੋਲ ਜ਼ਿਲਾਂ ਦੇ ਵਿੱਚ ਵੀ ਉਪਲਬਧ ਹੁੰਦੇ ਨੇ ਕੌਣ ਇਹਨਾਂ ਦੀ ਮਦਦ ਕਰਦਾ ਹੈ ਸਾਡਾ ਸਿਸਟਮ ਆਖਿਰਕਾਰ ਕੀ ਕਰ ਰਿਹਾ ਹੈ ਕਿਉਂ ਇਹਨਾਂ ਨੂੰ ਪੁੰਸਕ ਹੋਇਆ ਹੋਇਆ ਹੈ ਇਹ ਸਵਾਲ ਤਾਂ ਜ਼ਰੂਰ ਉੱਠਣਗੇ ਤੇ ਜਿਹੜਾ ਗੈਂਗਸਟਰ ਜੱਗੂ ਭਗਵਾਨਪੁਰੀਆ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਉਸਨੇ ਵੀ ਦੋ ਸ਼ਟਰ ਮੁਹੱਈਆ ਕਰਵਾਏ ਸੀ ਤੇ ਹੁਣ ਇਹ ਸਾਬਿਤ ਹੋ ਚੁੱਕਿਆ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਗੈਂਗਸਟਰਾਂ ਦੀ ਆਪਸੀ ਲੜਾਈ ਦਾ ਨਤੀਜਾ ਹੈ ਇਨਾ ਗੈਂਗਾਂ ਦੀ ਆਪਸੀ ਲੜਾਈ 2020 ਤੋਂ ਜ਼ਿਆਦਾ ਭਖੀ ਹੋਈ ਸੀ ਬੰਬੀਹਾ ਗੁੱਟ ਦੇ ਲੱਕੀ ਪਟਿਆਲ ਤੇ ਭੂਪੀ ਰਾਣਾ ਨੇ ਗੋਲਦੀ ਬਰਾੜ ਦੇ ਭਰਾ ਗੁਰਲਾਲ ਬਰਾੜ ਨੂੰ 11 ਅਕਤੂਬਰ 2020 ਨੂੰ ਚੰਡੀਗੜ੍ਹ ਦੇ ਇੰਡਸਟਰੀਅਲ ਇਲਾਕੇ ਵਿੱਚ ਮਾਰ ਦਿੱਤਾ ਸੀ ਤੇ ਗੋਲਦੀ ਨੇ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਦਾ ਐਲਾਨ ਕੀਤਾ ਸੀ ਉਸਨੇ ਫਿਰ ਬਿਸ਼ਨੂਜੀ ਨਾਲ ਮਿਲ ਕੇ ਬੰਬੀਹਾ ਧੜੇ ਨਾਲ ਜੁੜੇ ਗੁਰਲਾਲ ਪਲਵਾਨ ਨੂੰ 18 ਫਰਵਰੀ 2021 ਨੂੰ ਫਰੀਦਕੋਟ ਦੇ ਜੁਬਲੀ ਚੌਕ ਨੇੜੇ ਮਰਵਾ ਕੇ ਭਰਾ ਦੇ ਕਤਲ ਦਾ ਬਦਲਾ ਲਿਆ ਇਸ ਤੋਂ ਬਾਅਦ ਬੰਬੀਹਾ ਗਰੁੱਪ ਨੇ 7 ਅਗਸਤ 2021 ਵਿੱਚ ਵਿਕੀ ਿੱਡੂ ਖੀੜਾ ਨੂੰ ਮੁਹਾਲੀ ਵਿੱਚ ਮਰਵਾ ਦਿੱਤਾ ਤੇ ਖੂਨ ਪੀਣੇ ਇਨ੍ਹਾਂ ਗੈਂਗਸਟਰਾਂ ਨੇ ਆਪਸੀ ਦੁਸ਼ਮਣੀ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਘੜੀਸ ਲਿਆ ਅਤੇ 29 ਮਈ ਨੂੰ ਸ਼ਰਿਆਮ ਗੋਲੀਆਂ ਦੇ ਨਾਲ ਭੁੰਨ ਕੇ ਉਸ ਨੂੰ ਇਸ ਦੁਨੀਆ ਤੋਂ ਵਿਦਾ ਕਰ ਦਿੱਤਾ ਲੱਖਾਂ ਕਰੋੜਾ ਫੈਨ ਅੱਜ ਵੀ ਸਿੱਧੂ ਮੂਸੇਵਾਲੇ ਨੂੰ ਨਹੀਂ ਭੁੱਲ پا ਰਹੇ ਪੁਲਿਸ ਦੀ ਜਾਂਚ ਦੇ ਵਿੱਚ ਲਾਰੈਂਸ ਨੇ ਮੰਨਿਆ ਹੈ ਕਿ ਬੰਬੀਹਾ ਗਰੁੱਪ ਦੇ ਗੁਣਗਾਣ ਦੇ ਲਈ ਮੂਸੇ ਵਾਲੇ ਨੂੰ ਸਜ਼ਾ ਦਿੱਤੀ ਹੈ। ਬਿਸ਼ਨੋਈ ਨੇ ਦੱਸਿਆ ਕਿ ਇਹ ਕੋਈ ਸੁਪਾਰੀ ਲੈ ਕੇ ਕੀਤਾ ਗਿਆ ਕਤਲ ਨਹੀਂ ਸੀ। ਮੂਸੇ ਵਾਲਾ ਕਹਿੰਦੇ ਆਪਣੇ ਗੀਤਾਂ ਦੇ ਵਿੱਚ ਸਾਨੂੰ ਉਕਸਾਉਂਦਾ ਸੀ। ਉਹਨੇ ਆਪਣੇ ਗੀਤ 'ਚ ਕਹਿੰਦੇ ਬੰਬੀਹਾ ਗਰੋਹ ਦਾ ਗੁਣਗਾਣ ਕੀਤਾ ਸੀ। ਬਿਲਕੁਲ ਠੀਕ ਹੈ ਕਿ ਸਿੱਧੂ ਮੂਸੇਵਾਲੇ ਨੇ ਬੰਬੀਹਾ ਗਾਣਾ ਗਾਇਆ ਸੀ। ਇੱਕ ਹੋਰ ਪੰਜਾਬੀ ਗਾਇਕ ਦੇ ਨਾਲ ਮਿਲ ਕੇ ਦੋ ਗਾਇਕਾਂ ਨੇ ਇਹ ਗਾਣਾ ਗਾਇਆ ਸੀ। ਤੇ ਲਾਰੈਂਸ ਨੇ ਕਿਹਾ ਕਿ ਉਸਦੇ ਗੀਤ ਦੇ ਕੁਝ ਬੋਲ ਸਾਡੇ ਮੂਸੇ ਜਪੇੜ ਸਨ ਉਹ ਸਾਨੂੰ ਹਮਲਾ ਕਰਨ ਦੀ ਸ਼ਰਿਆਮ ਚੁਣੌਤੀ ਦਿੰਦਾ ਸੀ ਆਪਣੇ ਗੀਤਾਂ ਦੇ ਰਾਹੀਂ ਇਸ ਕਰਕੇ ਆਪਣਾ ਵਕਾਰ ਬਹਾਲ ਕਰਨ ਲਈ ਅਸੀਂ ਇਹ ਕਤਲ ਕੀਤਾ ਹੈ ਜਾਹਤ ਵਰਤੇ ਸਿੱਧੂ ਮੂਸੇਵਾਲਾ ਆਪਣੇ ਹਰ ਗੀਤ ਦੇ ਵਿੱਚ ਤਕਰੀਬਨ ਆਪਣੀ ਮੌਤ ਦਾ ਜ਼ਿਕਰ ਕਰਦਾ ਸੀ ਕਿਉਂਕਿ ਉਸ ਨੂੰ ਧਮਕੀਆਂ ਲਗਾਤਾਰ ਮਿਲਦੀਆਂ ਰਹਿੰਦੀਆਂ ਸੀ ਪਰ ਉਸਨੇ ਨਾ ਕਦੇ ਸਰਕਾਰ ਨੂੰ ਇਸ ਦਾ ਰੋਣਾ ਰੋਇਆ ਕਿ ਉਸ ਨੂੰ ਸੁਰੱਖਿਆ ਦੀ ਲੋੜ ਹੈ ਤੇ ਨਾ ਹੀ ਉਸਨੇ ਕਦੇ ਇਹਨਾਂ ਤੋਂ ਡਰ ਕੇ ਆਪਣੇ ਗਾਣਿਆਂ ਦੇ ਵਿੱਚ ਲਲਕਾਰਨ ਦੀ ਗੱਲ ਛੱਡੀ ਉਹ ਉਹਨਾਂ ਲੋਕਾਂ ਨੂੰ ਲਲਕਾਰਦਾ ਸੀ ਜਿਹੜੇ ਆਪਣੀ ਤਾਕਤ ਦੀ ਧੌਂਸ ਜਮਾਉਂਦੇ ਸੀ ਚਾਹੇ ਉਹਦੇ ਵਿੱਚ ਕੋਈ ਵੀ ਹੋਵੇ ਸਿਆਸਦਾਨ ਹੋਵੇ ਆਮ ਲੋਕ ਹੋਣ ਜਾਂ ਫਿਰ ਗੈਂਗਸਟਰ ਹੋਣ ਉਸਦੀ ਕਲਮ ਦੇ ਵਿੱਚ ਇੱਕ ਤੂਫਾਨ ਸੀ ਬੇਖੌਫ ਤਰੀਕੇ ਦੇ ਨਾਲ ਉਹ ਗਾਣੇ ਲਿਖਦਾ ਸੀ ਤੇ ਗਾਉਂਦਾ ਸੀ ਤੇ ਇਹੀ ਸ਼ਾਇਦ ਗੈਂਗਸਟਰਾਂ ਨੂੰ ਪਾਉਂਦਾ ਨਹੀਂ ਸੀ 골ਡੀ ਬਰਾੜ ਨੇ ਵੀ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਸੀ ਰਤੇਸ਼ ਲੱਖੀ ਸੀਨੀਅਰ ਪੱਤਰਕਾਰ ਦੇ ਨਾਲ ਇੰਟਰਵਿਊ ਦੇ ਵਿੱਚ ਉਸਨੇ ਇਹ ਗੱਲ ਕਹੀ ਸੀ ਜੋ ਜੋ ਵੀ ਗੱਲਾਂ ਕਈਆਂ ਸੀ ਹਾਲਾਂਕਿ ਉਸਨੇ ਤਾਂ ਆਪਣੀ ਪੂਰੇ ਇੰਟਰਵਿਊ ਦੇ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਧੂ ਮੂਸੇਵਾਲੇ ਦਾ ਗੈਂਗਸਟਰਾਂ ਦੇ ਨਾਲ ਕੋਈ ਸਬੰਧ ਸੀ ਪਰ ਜਿਹੜੇ ਬੰਦੇ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੁੰਦਾ ਉਹ ਇਸ ਤਰ੍ਹਾਂ ਕੱਲਾ ਆਪਣੀ ਕਾਰ ਦੇ ਵਿੱਚ ਬਿਨਾਂ ਸੁਰੱਖਿਆ ਤੋਂ ਨਹੀਂ ਜਾਂਦਾ ਉਹਦੀ ਸਾਰੀ ਇੰਟਰਵਿਊ ਦੇ ਵਿੱਚੋਂ ਇਹ ਗੱਲ ਸਾਫ਼ ਨਿਕਲ ਕੇ ਸਾਹਮਣੇ ਆਉਂਦੀ ਸੀ ਕਿ ਗੈਂਗਸਟਰਾਂ ਨੂੰ ਸਿੱਧੂ ਮੂਸੇਵਾਲਾ ਪਾਉਂਦਾ ਨਹੀਂ ਸੀ ਕਿਉਂਕਿ ਉਹਨਾਂ ਦੀ ਗੱਲ ਨਹੀਂ ਮੰਨਦਾ ਸੀ ਉਹਨਾਂ ਦੇ ਕਹੀ ਮੁਤਾਬਿਕ ਨਹੀਂ ਚੱਲਦਾ ਸੀ ਪੰਜਾਬੀ ਗਾਇਕੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਅਜਿਹੇ ਗਾਇਕ ਨੇ ਜਿਹੜੇ ਕਿ ਕਿਸੇ ਨਾ ਕਿਸੇ ਗਰੁੱਪ ਦੀ ਦਾਬ ਹੇਠ ਰਹਿੰਦੇ ਨੇ ਇੱਕ ਗੈਂਗਸਟਰ ਸਿੱਧੂ ਮੂਸੇਵਾਲੇ ਨੂੰ ਵੀ ਆਪਣੇ ਥੱਲੇ ਲਾਉਣਾ ਚਾਹੁੰਦੇ ਸੀ ਤੇ 골ਡੀ ਬਰਾੜ ਨੇ ਵੀ ਕਿਹਾ ਕਿ ਮੂਸੇਵਾਲਾ ਸਾਨੂੰ ਹਮਲੇ ਲਈ ਉਕਸਾਉਂਦਾ ਸੀ ਕਹਿੰਦੇ ਸਾਡੇ ਵਕਾਰ ਦਾ ਸਵਾਲ ਬਣ ਗਿਆ ਸੀ ਉਸਨੇ ਦਾਵਾ ਕੀਤਾ ਕਿ ਮੂਸੇਵਾਲੇ ਨੇ ਸਾਨੂੰ ਖੁੱਲੀ ਚੁਣੌਤੀ ਦਿੱਤੀ ਸੀ ਤੇ ਸਾਨੂੰ ਕਈ ਵਾਰੀ ਉਕਸਾਉਂਦਾ ਸੀ ਕਹਿੰਦੇ ਹਰਵਿੰਦਰ ਰਿੰਦਾ ਦੇ ਦਖਲ ਤੋਂ ਬਾਅਦ ਅਸੀਂ ਉਹਨੂੰ ਛੱਡ ਦਿੱਤਾ ਸੀ ਪਰ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਉਸ ਨੂੰ ਛੱਡਿਆ ਨਹੀਂ ਜਾ ਸਕਦਾ ਸੀ ਕੁਝ ਤਾਂ ਕਰਨਾ ਹੀ ਪੈਣਾ ਸੀ ਇਹ 골ਡੀ ਬਰਾੜ ਦੇ ਬੋਲ ਨੇ ਹਾਲਾਂਕਿ ਵਿੱਕੀ ਮਿੱਡੂ ਖੇੜਾ ਕਤਲ ਕਾਂਡ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕੋਈ ਹੱਥ ਨਹੀਂ ਹੈ ਗੈਂਗਸਟਰ ਕਹਿੰਦੇ ਨੇ ਕਿ ਉਸਤੇ ਮੈਨੇਜਰ ਸ਼ਗਨਦੀਪ ਅੰਦੀਪ ਪੂਰੀ ਪੂਰੀ ਸ਼ੈ ਸੀਗੀ ਇਸ ਨੇ ਹੀ ਉਹਨਾਂ ਕਾਤਲਾਂ ਨੂੰ ਆਪਣੇ ਫਲੈਟ ਦੇ ਵਿੱਚ ਮੋਹਾਲੀ ਦੇ ਵਿੱਚ ਠਹਿਰਾਇਆ ਸੀ ਪਰ ਸ਼ਗਨਦੀਪ ਦਾ ਹਾਲੇ ਤੱਕ ਕੋਈ ਕਨੈਕਸ਼ਨ ਪੁਲਿਸ ਦੇ ਵੱਲੋਂ ਸਿੱਧ ਨਹੀਂ ਹੋਇਆ ਹੈ ਹਾਲਾਂਕਿ ਉਸ ਕੇਸ ਦੇ ਵਿੱਚ ਉਸਨੇ ਅਗਾਊਂ ਜ਼ਮਾਨਾ ਦੀ ਅਰਜ਼ੀ ਵੀ ਦੇ ਰੱਖੀ ਹੈ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਹੈ ਤੇ ਜੇ ਸ਼ਗਨਦੀਪ ਦਾ ਕੋਈ ਵਾਅ ਵਾਸਤਾ ਹੁੰਦਾ ਵੀ ਤਾਂ ਉਸ ਦੀ ਸਜ਼ਾ ਸਿੱਧੂ ਮੂਸੇਵਾਲੇ ਨੂੰ ਕਿਉਂ ਚੰਡੀਗੜ੍ਹ ਦੀ ਕਾਮੀ ਨਿਸ਼ਾਨੇਬਾਜ਼ ਤੇ ਐਡਵੋਕੇਟ ਸੁਖਮਨ ਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਕਲਿਆਣੀ ਸਿੰਘ ਨੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਸਥਿਤ ਸੀਬੀਏ ਦੀ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ ਜਿਹੜੀ ਅਦਾਲਤ ਨੇ ਰੱਦ ਕਰ ਦਿੱਤੀ ਹੈ ਸਿੱਧੂ ਦਾ ਕਤਲ ਸਤੰਬਰ 2015 ਦੇ ਵਿੱਚ ਸੈਕਟਰ 27 ਦੇ ਪਾਰਕ ਵਿੱਚ ਕੀਤਾ ਗਿਆ ਸੀ ਜਿੱਥੋਂ ਉਸਦੀ ਲਾਸ਼ ਮਿਲੀ ਸੀ ਵਾਰਦਾਤ ਵਿੱਚ 12 ਬੋਰ ਦੀ ਬੰਦੂਕ ਵਰਤੀ ਗਈ ਸੀ ਤੇ ਹੁਣ ਐਨੇ ਸਾਲਾਂ ਬਾਅਦ ਵਿਜੀਲੈਂਸ ਨੇ ਉਸਦੀ ਦੋਸਤ ਕਲਿਆਣੀ ਸਿੰਘ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਕੱਲ ਸਾਰਾ ਦਿਨ ਇਹ ਚਰਚਾ ਜ਼ੋਰਾਂ ਤੇ ਰਹੀ ਕਿ ਜੇਲ੍ਹ ਦੇ ਵਿੱਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੁਝ ਕੈਦੀਆਂ ਦੇ ਨਾਲ ਝੜਪ ਹੋਈ ਹੈ ਲੜਾਈ ਝਗੜਾ ਹੋਇਆ ਹੈ ਉਹਨਾਂ ਨੇ ਦੋਸ਼ ਲਾਇਆ ਕਿ ਸਿੱਧੂ ਤੂੰ ਤੜਾ ਕਰਕੇ ਬੋਲਦੇ ਨੇ ਤੇ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਖਾਤੇ ਵਿੱਚੋਂ ਕਿਸੇ ਕੈਦੀ ਨੇ ਸਮਾਨ ਜ਼ਿਆਦਾ ਖਰੀਦ ਲਿਆ ਹੈ ਤੇ ਇਹ ਵੀ ਖਬਰ ਚੱਲੀ ਕਿ ਸਿੱਧੂ ਦੇ ਇਤਰਾਜ਼ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਕਤ ਕੈਦੀ ਨੂੰ ਹੋਰ ਬੈਰਕ ਵਿੱਚ ਬਦਲ ਦਿੱਤਾ ਹੈ ਪਰ ਹੁਣ ਜਿਹੜੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੇ ਤਾੜਿਆ ਹੈ ਉਹਨਾਂ ਚੈਨਲਾਂ ਨੂੰ ਜਿਨ੍ਹਾਂ ਨੇ ਝਗੜੇ ਦੀਆਂ ਖਬਰਾਂ ਚਲਾਈਆਂ ਨੇ ਮੰਤਰੀ ਨੇ ਕਿਹਾ ਕਿ 4 ਦਿਨ ਪੁਰਾਣਾ ਮਾਮੂਲੀ ਮੁੱਦਾ ਸੀ ਜੇਲ੍ਹ ਵਿੱਚ ਹਰੇਕ ਕੈਦੀ ਨੂੰ ਰਾਸ਼ਨ ਲਈ ਕਾਰਡ ਜਾਰੀ ਕੀਤਾ ਜਾਂਦਾ ਹੈ ਸਿੱਧੂ ਨੇ ਕਿਹਾ ਕਿ ਇੱਕ ਕੈਦੀ ਨੇ ਉਹਨਾਂ ਦੇ ਕਾਰਡ ਤੇ ਆਪਣੇ ਲਈ ਰਾਸ਼ਨ ਲਿਆ ਤੇ ਫालतू ਹੀ ਚੈਨਲਾਂ ਨੇ ਲੜਾਈ ਝਗੜੇ ਦੀਆਂ ਖਬਰਾਂ ਚਲਾ ਦਿੱਤੀਆਂ ਜੇਲ੍ਹ ਮੰਤਰੀ ਨੇ ਕਿਹਾ ਕਿ ਅਜਿਹੀਆਂ ਖਬਰਾਂ ਚਲਾਉਣ ਵਾਲੇ ਚੈਨਲਾਂ ਨੂੰ ਕਾਨੂੰਨੀ ਨੋਟਿਸ ਭੇਜੇ ਜਾਣਗੇ ਤੇ ਜੇਲ੍ਹ ਪ੍ਰਸ਼ਾਸਨ ਨੇ ਵੀ ਝਗੜੇ ਵਾਲੀਆਂ ਖਬਰਾਂ ਨੂੰ ਰੱਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਮਸਲੇ ਨੂੰ ਤੋੜ ਮੋੜ ਕੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ ਤੇ ਇਹਨਾਂ ਤੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੇ ਅਸੀਂ ਵਿਚਾਰ ਕਰ ਰਹੇ ਹਾਂ ਪੰਜਾਬ ਦੇ ਨਵੇਂ ਬਣੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਗੁਰਨਾਨਕ ਹਸਪਤਾਲ ਤੇ ਡੈਂਟਲ ਕਾਲਜ ਦਾ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਡਾਕਟਰ ਬ੍ਰਾਂਡੇਡ ਦਵਾਈਆਂ ਦੀ ਥਾਂ ਮਰੀਜ਼ਾਂ ਨੂੰ ਸਿਰਫ ਸਾਲਟ ਲਿਖ ਕੇ ਦੇਣ ਤਾਂ ਜੋ ਮਰੀਜ਼ ਸਸਤੀਆਂ ਦਵਾਈਆਂ ਖਰੀਦ ਸਕਣ ਇਹ ਉਹਨਾਂ ਨੇ ਵੱਡਾ ਐਲਾਨ ਕੀਤਾ ਹੈ ਕਿਉਂਕਿ ਇਹ ਵੀ ਇਹਦੇ ਵਿੱਚ ਵੀ ਇੱਕ ਵੱਡਾ ਗੋਰਖ ਧੰਦਾ ਚੱਲਦਾ ਹੈ ਕਿ ਡਾਕਟਰ ਕਿਹੜੀ ਦਵਾਈ ਲਿਖ ਕੇ ਦਿੰਦੇ ਨੇ ਤੇ ਫਿਰ ਇਹ ਵੀ ਕਹਿੰਦੇ ਨੇ ਕਿ ਇੱਥੋਂ ਹੀ ਮਿਲੂਗੀ ਸੋ ਉਹਨਾਂ ਨੇ ਕਿਹਾ ਕਿ ਸਿਰਫ ਸਾਲਟ ਲਿਖ ਕੇ ਦੇਣ ਮਰੀਜ਼ ਕਿਤੋਂ ਮਰਜ਼ੀ ਕੋਈ ਮਰਜ਼ੀ ਦਵਾਈ ਲਵੇ ਉਹਨਾਂ ਨੇ ਅਚਾਨਕ ਸ੍ਰੀ ਦਰਬਾਰ ਸਾਹਿਬੇ ਖੇ ਮੱਥਾ ਵੀ ਟੇਕਿਆ ਗੁਰੂ ਘਰ ਦਾ ਸ਼ੁਕਰਾਨਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸਿਹਤ ਮੰਤਰੀ ਨੇ ਅੰਮ੍ਰਿਤਸਰ ਦੇ ਪਿੰਕ ਪਲਾਜ਼ਾ ਵਿੱਚ ਬਣ ਰਹੇ ਮੁਹੱਲਾ ਕਲੀਨਿਕ ਦਾ ਜਾਇਜ਼ਾ ਲੈਣਿਆ ਕਿਹਾ ਹੈ ਕਿ 15 ਅਗਸਤ ਤੋਂ ਜ਼ਿਲ੍ਹੇ ਦੇ ਵਿੱਚ 12 ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਨੇ ਹਰੇਕ ਮੁਹੱਲਾ ਕਲੀਨਿਕ ਦੇ ਵਿੱਚ ਇੱਕ ਮੈਡੀਕਲ ਆਫੀਸਰ ਫਾਰਮਾਸਿਸਟ ਕਲੀਨਿਕ ਸਹਾਇਕ ਤੇ ਹੈਲਪਰ ਸਟਾਫ ਹੋਵੇਗਾ ਉਧਰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਮਾਲਵੇ ਦੇ ਨਰਮਾ ਪੱਟੀ ਦਾ ਦੌਰਾ ਕਰਨ ਤੋਂ ਬਾਅਦ ਹੁਣ ਖੇਤੀਬਾੜੀ ਵਿਭਾਗ ਨੂੰ ਭਾਜਣਾ ਪੈ ਗਿਆ ਨੇ ਜਦੋਂ ਨਰਮਾ ਤਕਰੀਬਨ ਬਰਬਾਦ ਹੋ ਗਿਆ ਤੇ ਹੁਣ ਸੇ ਖੇਤੀਬਾੜੀ ਵਿਭਾਗ ਜਾਗ ਗਿਆ ਹੈ ਚੈਕਿੰਗ ਟੀਮਾਂ ਨੇ ਖਾਦ ਅਤੇ ਕੀੜੇਮਾਰ ਦਵਾਈਆਂ ਦੇ ਗੋਦਾਮ ਫਰੋਲੇ ਕਲ ਜ਼ਿਲ੍ਹਾ ਅਫਸਰ ਦੇ ਵੱਲੋਂ ਸ਼ੱਕੀ ਵਸਤੂਆਂ ਮਿਲਣ ਦਾ ਦਾਵਾ ਵੀ ਕੀਤਾ ਗਿਆ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦਾ ਐਲਾਨ ਵੀ ਕੀਤਾ ਗਿਆ ਹੈ ਤੇ ਖੇਤੀਬਾੜੀ ਮੰਤਰੀ ਦੇ ਦੌਰੇ ਤੋਂ ਬਾਅਦ ਦੂਸਰੇ ਦਿਨ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਨਰਮੇਦੀ ਸਾਰ ਲਈ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇਦੀ ਫਸਲ ਦਾ ਜਾਇਜ਼ਾ ਲੈਣ ਗਏ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਨੂੰ ਵਿਅੰਗ ਕਰਦਿਆਂ ਅਪੀਲ ਕੀਤੀ ਕਿ ਉਹ ਇਸ਼ਤਿਹਾਰਾਂ ਤੇ ਖਰਚਾ ਕਰਨ ਦੀ ਥਾਂ ਗੁਲਾਬੀ ਤੇ ਚਿੱਟੀ ਸੁੰਡੀ ਕਾਰਨ ਨੁਕਸਾਨੀ ਦੀ ਫਸਲ ਦੇ ਲਈ ਮੁਆਵਜ਼ਾ ਰਾਸ਼ੀ ਜਾਰੀ ਕਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਤੋਂ ਖਬਰ ਹੈ ਜਿੱਥੇ ਮੁੱਖ ਮੰਤਰੀ ਦੀ ਕੋਠੀ ਮੂਹਰੇ ਬੇਰੁਜ਼ਗਾਰਾਂ ਤੇ ਪੁਲਿਸ ਦੇ ਵਿਚਾਲੇ ਤੱਕਾ ਮੁਕੀ ਹੋਈ ਚਾਰ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਦਸਤਾਰਾਂ ਵੀ ਲਹਿ ਗਈਆਂ ਮਾਸਟਰ ਕੇਡਰ ਦੀਆਂ 41 66 ਅਸਾਮੀਆਂ ਦੇ ਵਿੱਚ ਵਾਧਾ ਕਰਨ ਦੀ ਮੰਗ ਕਰ ਰਹੇ ਸੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਬੀਐਡ ਟੈਟ ਪਾਸ ਅਧਿਆਪਕਾਂ ਤੇ ਪੁਲਿਸ ਦੇ ਵਿਚਾਲੇ ਜੰਮ ਕੇ ਤੱਕਾ ਮੁਕੀ ਹੋਈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਹਲਕਾ ਲਾਠੀ ਚਾਰਜ ਵੀ ਕੀਤਾ ਤੇ ਇਸੇ ਲਾਠੀ ਚਾਰਜ ਦੇ ਵਿੱਚ ਕਈ ਪ੍ਰਦਰਸ਼ਨਕਾਰੀ ਅਧਿਆਪਕਾਂ ਦੀਆਂ ਦਸਤਾਰਾਂ ਉਤਰ ਗਈਆਂ ਕੋਠੀ ਤੱਕ ਜਾਣ ਨਹੀਂ ਦਿੱਤਾ ਗਿਆ ਤਾਂ ਇਹਨਾਂ ਨੇ ਉੱਥੇ ਹੀ ਧਰਨਾ ਲਾ ਦਿੱਤਾ ਤਾਂ ਕਮੁਕੀ ਤੋਂ ਬਾਅਦ ਸਰਕਾਰ ਦੇ ਖਿਲਾਫ ਇਹਨਾਂ ਨੇ ਨਾਰੇਬਾਜ਼ੀ ਵੀ ਕੀਤੀ ਸ਼ਾਮ ਨੂੰ ਕਰੀਬ 4:30 ਵਜੇ ਜ਼ਿਲ੍ਹਾ ਪ੍ਰਸ਼ਾਸਨ ਨੇ 19 ਜੁਲਾਈ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਨਾਲ ਪੈਨਲ ਮੀਟਿੰਗ ਨਿਸ਼ਚਿਤ ਕਰਨ ਦਾ ਲਿਖਤੀ ਪੱਤਰ ਯੂਨੀਅਨ ਨੂੰ ਸੌਂਪਿਆ ਉਸ ਤੋਂ ਬਾਅਦ ਇਹ ਰੋਸ ਧਰਨਾ ਖਤਮ ਕੀਤਾ ਗਿਆ ਕਰਨਤਾਰਨ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਡੇਰਾ ਸਰਸਾ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸਿੱਖ ਜਥੇਬੰਦੀਆਂ ਦੇ ਤਿੱਖੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੂੰ ਡੇਰਾ ਸਰਸਾ ਵੱਲੋਂ ਵਰਚੂਅਲੀ ਕਰਵਾਈ ਜਾਣ ਵਾਲੀ ਨਾਮ ਚਰਚਾ ਰੱਦ ਕਰਵਾਉਣੀ ਪਈ ਦੋਵੇਂ ਤਰਾਂ درمیان ਕਿਸੇ ਸੰਭਾਵੀ ਤਕਰਾਰ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤੇ ਗਏ ਸੀ ਕਰਨਤਾਰਨ ਅੰਮ੍ਰਿਤਸਰ ਸੜਕ ਸਥਿਤ ਇੱਕ ਰਿਜ਼ੋਰਟ ਦੇ ਵਿੱਚ ਇਹ ਨਾਮ ਚਰਚਾ ਹੋਣੀ ਸੀ ਜਿਦੇ ਵਿੱਚ ਲਗਭਗ 800 ਜਣਿਆਂ ਦੇ ਲਈ ਲੰਗਰ ਦਾ ਬੰਦੋਬਸਤ ਕੀਤਾ ਗਿਆ ਸੀ ਇਸ ਨਾਮ ਚਰਚਾ ਨੂੰ ਡੇਰਾ ਮੁਖੀ ਬਲਾਤਕਾਰੀ ਤੇ ਕਾਤਲ ਸਾਥ ਜਿਹੜਾ ਤੇ ਬਾਹਰ ਹੈ ਗੁਰਮੀਤ RAM ਰਹੀਮ ਉਸੇ ਨੇ ਸੰਬੋਧਨ ਕਰਨਾ ਸੀ ਜਦੋਂ ਜਾਣਕਾਰੀ ਮਿਲੀ ਦਮਦਮੀ ਟਕਸਾਲ ਦੇ ਜਿਹੜੇ ਲੀਡਰ ਭਾਈ ਅਮਰੀਕ ਸਿੰਘ ਅਜਨਾਲਾ ਤੇ ਗੁਰਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਆਗੂ ਪ੍ਰਗਟ ਸਿੰਘ ਚਭਾਲ ਤੇ ਹੋਰ ਸਿੱਖ ਜਥੇਬੰਦੀਆਂ ਦੇ ਕਰਕੁਨ SSP ਰਣਜੀਤ ਸਿੰਘ ਕੋਲ ਪਹੁੰਚ ਕੇ ਵਿਰੋਧ ਜ਼ਾਹਿਰ ਕੀਤਾ ਕਿਸੇ ਵੀ ਕੀਮਤ ਤੇ ਸਮਾਗਮ ਨਾ ਹੋਣ ਦੀ ਚੇਤਾਵਨੀ ਦਿੱਤੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਿਆਣਪ ਵਰਤਦਿਆਂ ਇਸ ਨਾਮ ਚਰਚਾ ਪ੍ਰੋਗਰਾਮ ਨੂੰ ਰੱਦ ਕਰਵਾ ਦਿੱਤਾ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਡੇਰਾ ਸਰਸਾ ਦੇ ਵੱਲੋਂ ਪ੍ਰਸ਼ਾਸਨ ਕੋਲੋਂ ਇਹ ਪ੍ਰੋਗਰਾਮ ਕਰਵਾਉਣ ਦੀ ਕੋਈ ਵੀ ਇਜਾਜ਼ਤ ਨਹੀਂ ਲਈ ਗਈ ਸੀ ਖਰੜ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਮਾਂ ਪੁੱਤ ਦੀ ਮੌਤ ਹੋ ਗਈ ਹੈ ਪਿੰਡ ਘੜੂਆ ਨੇੜੇ ਇੱਕ ਕਾਰ ਤੇ ਮੋਟਰਸਾਈਕਲ ਵਿਚਾਲੇ ਟੱਕਰ ਵਿੱਚ ਇੱਕ ਮਾਂ ਤੇ ਉਸਦੇ 4 ਸਾਲਾ ਬੱਚੇ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖਮੀ ਨੇ ਇੱਕ ਜੋੜਾ ਆਪਣੇ ਦੋ ਬੱਚਿਆਂ ਨਾਲ ਖਰੜ ਤੋਂ ਆ ਰਿਹਾ ਸੀ ਪਿੰਡ ਘੜੂਆ ਨੇੜੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਚਾਰੇ ਸਵਾਰ ਸੜਕ ਤੇ ਡਿੱਗ ਗਏ ਪਰਿਵਾਰ ਦੇ ਦੋ ਮੈਂਬਰ ਦੁਨੀਆ ਤੋਂ ਚਲੇ ਗਏ ਦੋ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਨੇ ਮਾਛੀਵੜ ਤੋਂ ਖਬਰ ਹੈ ਜਿੱਥੇ ਪਿੰਡ ਖੇੜਾ ਦੇ ਵਾਸੀ ਪਰਸਾ ਸਿੰਘ ਦੇ ਨਵਾਲਗ 12 ਸਾਲਾ ਪੁੱਤਰ ਅਰਮਾਨਦੀਪ ਸਿੰਘ ਨੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਇਹ ਬਹੁਤ ਵੱਡੀ ਖਬਰ ਹੈ ਕਿ ਇੱਕ ਬੱਚੇ ਨੇ ਖੁਦਕੁਸ਼ੀ ਕੀਤੀ ਹੈ ਖੁਦਕੁਸ਼ੀ ਇਸ ਕਰਕੇ ਕੀਤੀ ਹੈ ਕਿਉਂਕਿ ਮਾਂ ਦੀ ਮੌਤ ਤੋਂ ਦੁਖੀ ਸੀ ਪਰਵਾਰਿਕ ਮੈਂਬਰਾਂ ਨੇ ਦੱਸਿਆ ਕਿ 2 ਸਾਲ ਪਹਿਲਾਂ ਅਰਮਾਨਦੀਪ ਦੀ ਮਾਤਾ ਨੇ ਵੱਡੇ ਪੁੱਤ ਦੇ ਮੰਦਬੁੱਧੀ ਹੋਣ ਕਾਰਨ ਉਸਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਕਲ ਕੇ ਆਤਮ ਹੱਤਿਆ ਕਰ ਲਈ ਸੀ ਮਾਂ ਦੀ ਮੌਤ ਤੋਂ ਬਾਅਦ ਵੱਡੇ ਭਰਾ ਨੂੰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਅਰਮਾਨਦੀਪ ਸਿੰਘ ਤੇ ਆ ਪਈ ਤੇ ਉਹ ਵੀ ਕਾਫੀ ਪਰੇਸ਼ਾਨ ਰਹਿਣ ਲੱਗਿਆ ਤੇ ਆਖਿਰਕਾਰ ਮੌਤ ਨੂੰ ਗਲੇ ਲਾ ਲਿਆ ਤੇ ਇਹ ਵੀ ਬਹੁਤ ਦੁਖਦਾਈ ਹੈ ਕਿ ਇੱਕ ਮੰਦਬੁੱਧੀ ਬੱਚੇ ਕਾਰਨ ਪਰਿਵਾਰ ਦੇ ਦੋ ਚੰਗੇ ਭਲੇ ਜੀ ਜਹਾਨੋਂ ਚਲੇ ਗਏ ਨੇ 10 ਜੁਲਾਈ ਨੂੰ ਚੀਨ ਦੀ ਸਰਹੱਦ ਤੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਜਾਨ ਜਵਾਨ ਵਾਲੇ ਫੌਜੀ ਜਵਾਨ ਸ਼ਹੀਦ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜ਼ੀਰਾ ਦੇ ਪਿੰਡ ਲਹੂਕੀ ਕਲਾਂ ਦੇ ਰਹਿਣ ਵਾਲੇ ਫੌਜੀ ਕੁਲਦੀਪ ਸਿੰਘ 2014 ਤੋਂ ਭਾਰਤੀ ਫੌਜ ਵਿੱਚ ਸੇਵਾ ਨਿਭਾਰੇ ਸਨ 21 ਸਿੱਖ ਰੈਜੀਮੈਂਟ ਵਿੱਚ ਚੀਨ ਦੀ ਸਰਹੱਦ ਤੇ ਬੁੰਮਲਾ ਸੈਕਟਰ ਵਿੱਚ ਤਾਇਨਾਤ ਸਨ ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਕੁਲਦੀਪ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ ਡੇਢ ਸਾਲ ਦਾ ਪੁੱਤ ਹੈ ਪਰਿਵਾਰ ਵਿੱਚ ਸ਼ਹੀਦ ਦੀ ਮਾਂ ਪਤਨੀ ਇੱਕ ਭਰਾ ਤੇ ਤਿੰਨ ਭੈਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਡੈਮਿਕ ਸਾਲ 2022-23 ਦੇ ਲਈ ਓਪਨ ਸਕੂਲ ਪ੍ਰਣਾਲੀ ਤਹਿਤ 10ਵੀਂ ਤੇ 12ਵੀਂ ਜਮਾਤਾਂ ਦੇ ਵਿੱਚ ਦਾਖਲਾ ਲੈਣ ਦੇ ਚਾਹਵਨ ਵਿਦਿਆਰਥੀਆਂ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ 31 ਅਗਸਤ 2022 ਤੱਕ ਬਿਨਾਂ ਲੇਟ ਫੀਸ ਦੇ ਦਾਖਲਾ ਲਿਆ ਜਾ ਸਕਦਾ ਹੈ ਦਾਖਲੇ ਸੰਬੰਧੀ ਪ੍ਰੋਸਪੈਕਟ ਹੈ ਜਿਹੜਾ ਸਿੱਖਿਆ ਬੋਰਡ ਦੀ ਵੈਬਸਾਈਟ www.pscb.ac.in ਤੇ ਤੁਸੀਂ ਦੇਖ ਸਕਦੇ ਹੋ ਲੈ ਸਕਦੇ ਹੋ ਤੇ ਆਨਲਾਈਨ ਪ੍ਰਕਿਰਿਆ ਰਾਹੀਂ ਦਾਖਲਾ ਭਰ ਸਕਦੇ ਹੋ ਵਿਦਿਆਰਥੀਆਂ ਨਾਲ ਜੁੜੀ ਖੋਰ ਖਬਰ ਹੈ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਯਾਨੀ ਕਿ UGC ਸੀਨੇ ਯੂਨੀਵਰਸਟੀਆਂ ਦੇ ਵਾਈਸ ਚਾਂਸਲਰਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਉਹ ਅੰਡਰ ਗ੍ਰੈਜੂਏਟ ਕੋਰਸਾਂ ਦੇ ਵਿੱਚ ਦਾਖਲਿਆਂ ਦੀ ਅੰਤਿਮ ਮਿਤੀ ਸੀਬੀਐਸਸੀ ਦੇ ਨਤੀਜਿਆਂ ਤੋਂ ਬਾਅਦ ਹੀ ਜਾਰੀ ਕਰਨ ਤਾਂ ਕਿ ਕਿਸੇ ਵਿਦਿਆਰਥੀ ਨੂੰ ਦਾਖਲੇ ਤੋਂ ਵਾਂਝਾ ਨਾ ਰਹਿਣਾ ਪਵੇ ਇਸ ਤੋਂ ਪਹਿਲਾਂ 9 ਜੁਲਾਈ ਨੂੰ ਸੀਬੀਐਸਸੀ ਨੇ ਯੂਜੀਸੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਉਹ ਵਰਸਟੀਆਂ ਨੂੰ ਹਦਾਇਤ ਜਾਰੀ ਕਰੇ ਕਿ ਬੋਰਡ ਦੇ ਨਤੀਜਿਆਂ ਦੇ ਜਾਰੀ ਹੋਣ ਦੇ ਆਧਾਰ 'ਤੇ ਦਾਖਲਾ ਸਾਰਣੀ ਦੀ ਅੰਤਿਮ ਮਿਤੀ ਤੈਅ ਕੀਤੀ ਜਾਵੇ ਦਾਖਲਾ ਪਰੰਦੇ ਅੰਤਿਮ ਮਿਤੀ 20 ਤੋਂ 30 ਜੁਲਾਈ ਤੱਕ ਨਿਰਧਾਰਿਤ ਕੀਤੀ ਗਈ ਹੈ ਭਾਰਤ ਸਰਕਾਰ ਨੇ ਐਫਸੀਆਰਏ ਪੋਰਟਲ ਦੇ ਵਿੱਚੋਂ ਸੈਂਕੜੇ ਸੰਸਥਾਵਾਂ ਦਾ ਡਾਟਾ ਹਟਾ ਦਿੱਤਾ ਹੈ ਹਾਲਾਂਕਿ ਗ੍ਰਹਿ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕੋਈ ਵੀ ਕਾਰਨ ਦੱਸਣ ਤੋਂ ਇਨਕਾਰ ਵੀ ਕਰ ਦਿੱਤਾ ਗਿਆ ਹੈ FCRA ਯਾਨੀ ਕਿ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੀ ਵੈਬਸਾਈਟ ਤੋਂ ਕੁਝ ਸਰਕਾਰੀ ਅਗੈਰ ਸਰਕਾਰੀ ਸੰਸਥਾਵਾਂ ਯਾਨੀ ਕਿ ਐਨਜੀਓਜ਼ ਨਾਲ ਜੁੜਿਆ ਡਾਟਾ ਹਟਾ ਦਿੱਤਾ ਗਿਆ ਇਸ ਵੈਬਸਾਈਟ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਚਲਾਉਂਦਾ ਹੈ ਕਾਰਨ ਕੋਈ ਨਹੀਂ ਦੱਸਿਆ ਗਿਆ ਪਰ ਅਧਿਕਾਰੀਆਂ ਨੇ ਕਿਹਾ ਹੈ ਕਿ ਇੱਕ ਕਦਮ ਚੁੱਕਿਆ ਗਿਆ ਹੈ ਕਿਉਂਕਿ ਇਸ ਸੂਚਨਾ ਨੂੰ ਜਨਤਕ ਤੌਰ ਤੇ ਨਸ਼ਰ ਕਰਨ ਦੀ ਕੋਈ ਲੋੜ ਨਹੀਂ ਸੀ ਗ੍ਰਹਿ ਮੰਤ్రਾਲੇ ਕੋਲ ਐਨਜੀਓਜ਼ ਨੂੰ ਦਿੱਤੇ ਲਾਇਸੈਂਸਾਂ ਅ ਵਿਦੇਸ਼ੀ ਫੰਡ ਹਾਸਲ ਕਰਨ ਲਈ ਦਿੱਤੀ ਗਿਆ ਗਾਉ ਪ੍ਰਵਾਨਗੀ ਤੇ ਜਿਨ੍ਹਾਂ ਐਨਜੀਓਜ਼ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਉਹਨਾਂ ਬਾਰੇ تفصیلی ਡੇਟਾ ਸੀ ਐਨਜੀਓਜ਼ ਦੀਆਂ ਸਾਲਾਨਾ ਰਿਟਰਨਾਂ ਬਾਰੇ ਜਾਣਕਾਰੀ ਵੀ ਵੈੱਬਸਾਈਟ ਤੇ ਉਪਲਬਧ ਹੈ ਪਰੇ ਸਾਰੀ ਜਾਣਕਾਰੀ ਹੁਣ ਵੈਬਸਾਈਟ ਤੋਂ ਹਟਾ ਦਿੱਤੀ ਗਈ ਹੈ ਪਰ ਕੁਝ ਜਥੇਬੰਦੀਆਂ ਦੇ ਨਾਲ ਕੁਝ ਸੰਸਥਾਵਾਂ ਦੇ ਨਾਲ ਜੁੜੀ ਹੋਈ ਮੰਤਰਾਲੇ ਨੇ 1 ਜੁਲਾਈ ਨੂੰ ਐਫਸੀਆਰਏ ਨਿਯਮਾਂ ਦੇ ਵਿੱਚ ਲੜੀਵਾਰ ਤਬਦੀਲੀਆਂ ਬਾਰੇ ਨੋਟੀਫਾਈ ਕੀਤਾ ਸੀ ਤਾਂ ਜੋ ਐਨਜੀਓਸ ਤੇ ਨਿਯਮਾਂ ਦੀ ਪਾਲਣਾ ਸੰਬੰਧੀ ਬੋਝ ਘਟਾਇਆ ਜਾ ਸਕੇ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਕੁਝ ਹੋਰ ਖਬਰਾਂ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ 13 ਜੁਲਾਈ ਨੂੰ ਸਿੱਧੂ ਮੂਸੇਵਾਲੇ ਦੇ ਕਤਲकांड ਨੂੰ ਵਾਪਰੇ ਹੋਏ ਪੂਰੇ 45 ਦਿਨ ਹੋ ਚੁੱਕੇ ਨੇ ਯਾਨੀ ਕਿ ਪੂਰਾ ਸਵਾ ਮਹੀਨਾ ਪਰ ਇਹੀ ਕਹਿਣਾ ਪਊਗਾ ਕਿ ਹਾਲੇ ਵੀ ਪੁਲਿਸ ਦੇ ਹੱਥ ਖਾਲੀ ਹੀ ਮੰਨੇ ਜਾਣਗੇ ਕਿਉਂਕਿ ਪੁਲਿਸ ਨੇ ਹਾਲੇ ਤੱਕ ਕਿਸੇ ਵੀ ਸਿੱਟੇ ਤੇ ਜਾਣ ਦਾ ਐਲਾਨ ਨਹੀਂ ਕੀਤਾ ਕਿਸੇ ਵੀ ਸਿੱਟੇ ਤੇ ਪਹੁੰਚਣ ਦਾ ਐਲਾਨ ਨਹੀਂ ਕੀਤਾ ਯਾਨੀ ਕਿ ਕਤਲकांड ਦੀ ਗੁੱਥੀ ਹਾਲੇ ਪੂਰੀ ਤਰ੍ਹਾਂ ਸੁਲਝੀ ਨਹੀਂ ਹੈ ਬੁੱਧਵਾਰ ਨੂੰ ਕੀ ਕੁਝ ਅਪਡੇਟਸ ਹੋਈਆਂ ਨੇ ਤੁਹਾਨੂੰ ਦੱਸਦੇ ਹਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਸੁਪਾਰੀ ਤਿਹਾਰ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਭ ਤੋਂ ਵੱਡੇ ਗੈਂਗਸਟਰ ਹਾਸ਼ਮ ਬਾਬਾ ਨੂੰ ਸੌਂਪੀ ਸੀ ਤੇ ਇਸ ਗੈਂਗਸਟਰ ਨੇ ਜਨਵਰੀ ਮਹੀਨੇ ਦੇ ਵਿੱਚ ਹੀ ਮੂਸੇਵਾਲੇ ਨੂੰ ਮਾਰਨ ਦੇ ਲਈ ਗੈਂਗਸਟਰ ਸ਼ਾਰਕ ਨੂੰ ਭੇਜ ਦਿੱਤਾ ਸੀ ਸ਼ਾਰਕ ਉਸੇ ਗੈਂਗ ਦਾ ਸਰਗਨਾ ਸੀ ਹਾਲਾਂਕਿ ਇਹਨਾਂ ਦੀ ਯੋਜਨਾ ਫੇਲ ਹੋ ਗਈ ਸੀ ਉਸ ਤੋਂ ਬਾਅਦ ਲਾਰੈਂਸ ਨੇ ਇਸ ਦੀ ਜ਼ਿੰਮੇਵਾਰੀ ਕੈਨੇਡੀਅਨ ਗੈਂਗਸਟਰ ਗੋਲਡੀ ਬਰਾਡ ਨੂੰ ਦਿੱਤੀ ਗੋਲਡੀ ਬਰਾਡ ਨੇ ਫਿਰ ਸ਼ੂਟਰਾਂ ਦੀ ਟੀਮ ਇਕੱਠੀ ਕੀਤੀ 29 ਮਈ ਨੂੰ ਮੂਸੇ ਵਾਲੇ ਨੂੰ ਮਾਰ ਮੁਕਾਇਆ ਸ਼ੂਟਰਾਂ ਨੇ ਮੌਕੇ ਤੇ 40 ਤੋਂ 45 ਗੋਲੀਆਂ ਚਲਾਈਆਂ ਇਹ ਵੀ ਪਤਾ ਲੱਗਿਆ ਕਿ ਸਾਰੇ ਸ਼ੂਟਰ ਨਸ਼ੇ ਦੇ ਵਿੱਚ ਸਨ ਇਸੇ ਕਰਕੇ ਕਈ ਗੋਲੀਆਂ ਕੰਧਾਂ ਦੇ ਵਿੱਚ ਵੱਜੀਆਂ ਆਮ ਤੌਰ ਤੇ ਵੀ ਇੱਕ ਇਨਸਾਨ ਹੋਣ ਦੇ ਨਾਤੇ ਜਦੋਂ ਆਪਣੇ ਮਨ ਦੇ ਵਿੱਚ ਆਉਂਦਾ ਇਹੋ ਜਿਹੇ ਘਟਨਾਵਾਂ ਦੇਖਦੇ ਆਂ ਤਾਂ ਸੋਚਦੇ ਆਂ ਮਨ ਦੇ ਵਿੱਚ ਕਿ ਕੋਈ ਆਖਿਰਕਾਰ ਕਿਵੇਂ ਇੰਨੀ ਬੇਰਹਿਮੀ ਦੇ ਨਾਲ ਕਿਸੇ ਨੂੰ ਮਾਰ ਸਕਦਾ ਹੈ ਤਾਂ ਇਹੀ ਜਵਾਬ ਹੈ ਜਿਹੜਾ ਉਹ ਮਿਲਦਾ ਹੁੰਦਾ ਜੇ ਆਪਾਂ ਕਿਸੇ ਨਾਲ ਗੱਲ ਵੀ ਕਰਦੇ ਆਂ ਕਿ ਨਸ਼ੇ ਦੇ ਵਿੱਚ ਇਹੋ ਜਿਹੇ ਕੋ ਕਰਮ ਕੀਤੇ ਜਾਂਦੇ ਨੇ ਨਸ਼ੇ ਦੇ ਵਿੱਚ ਆਇਆ ਮਨੁੱਖ ਆਪਣੀ ਸੁੱਧ ਬੁੱਧ ਖੋ ਬੈਠਦਾ ਹੈ ਨਸ਼ੇ ਦੇ ਵਿੱਚ ਉਹਦੇ ਅੰਦਰੋਂ ਫੀਲਿੰਗਸ ਨੇ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਨੇ ਇਨਸਾਨੀਅਤ ਖਤਮ ਹੋ ਜਾਂਦੀ ਹੈ ਤੇ ਕੁਝ ਵੀ ਕਰ ਸਕਦਾ ਹੈ ਉਹੀ ਕੁਝ

ਸੂਤਰਮ ਅਨੁਸਾਰ ਪਤਾ ਲੱਗਿਆ ਹੈ ਗੈਂਗਸਟਰਾਂ ਤੋਂ ਪੁੱਛ ਕੇ ਜਿਹੜੀ ਚੱਲ ਰਹੀ ਹੈ ਪੁਲਿਸ ਦੀ ਉਸ ਦੇ ਵਿੱਚ ਹੀ ਪਤਾ ਲੱਗਿਆ ਕਿ ਗੈਂਗਸਟਰ ਸ਼ਾਰਕ ਦੇ ਨਾਲ ਜਨਵਰੀ ਦੇ ਵਿੱਚ ਸ਼ਾਰਪ ਸ਼ੂਟਰਾਂ ਦੀ ਇੱਕ ਟੀਮ ਮੂਸੇਵਾਲੇ ਦੇ ਪਿੰਡ ਭੇਜੀ ਗਈ ਸੀ ਉਸ ਸਮੇਂ ਮੂਸੇਵਾਲੇ ਦੇ ਕੋਲ 10 ਸੁਰੱਖਿਆ ਕਰਮੀ ਹੁੰਦੇ ਸੀ ਜਿਨ੍ਹਾਂ ਕੋਲ AK-47ਆਂ ਹੁੰਦੀਆਂ ਸੀ ਇਹ ਦੇਖ ਕੇ ਸ਼ਾਰਕ ਵਾਪਸ ਚਲਾ ਗਿਆ ਸੀ ਤੇ ਉਹਨੇ ਕਿਹਾ ਕਿ ਮੂਸੇਵਾਲੇ ਕੋਲੇ ਆਧੁਨਿਕ ਹਥਿਆਰਾਂ ਵਾਲੇ ਕਮਾਂਡੋ ਨੇ ਤੇ ਮੂਸੇਵਾਲੇ ਨੂੰ ਮਾਰਨ ਲਈ ਵੀ ਆਧੁਨਿਕ ਹਥਿਆਰਾਂ ਦੀ ਹੀ ਲੋੜ ਹੈ ਤੇ ਇਸ ਤੋਂ ਪਹਿਲਾਂ ਕਿ ਲਾਰੈਂਸ ਤੇ ਗੋਲਡੀ ਬਰਾੜ ਹਥਿਆਰ ਵੇਚ ਦੇ ਸ਼ਾਰਕ ਨੂੰ ਦਿੱਲੀ ਪੁਲਿਸ ਇਹ ਸਪੈਸ਼ਲ ਸੈਲ ਨੇ ਫੜ ਲਿਆ ਸੀ ਤੇ ਉਸ ਤੋਂ ਬਾਅਦ 골ਡੀ ਬਰਾੜ ਹੋਰਾਂ ਨੇ ਇੱਕ ਨਵੀਂ ਯੋਜਨਾ ਨੂੰ ਅੰਜਾਮ ਦਿੱਤਾ 29 ਮਈ ਨੂੰ ਆਖਿਰਕਾਰ ਮਰਹੂਮ ਸ਼ੁਭਦੀਪ ਸਿੰਘ ਨੂੰ ਮਾਰ ਹੀ ਦਿੱਤਾ ਗਿਆ ਬਹੁਤ ਹੀ ਬੇਰਹਿਮੀ ਦੇ ਨਾਲ ਤੇ ਇਸ ਕਤਲकांड ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੂਟਰ ਪ੍ਰਿਯਵਰਤ ਫੌਜੀ ਕਸ਼ਿਸ਼ਟੀ ਨੂੰ ਤੇ ਕੇਸ਼ਵ ਨੂੰ 4 ਦਿਨਾਂ ਦੇ ਹੋਰ ਪੁਲਿਸ ਰਿਮਾਂਡ ਤੇ ਅਦਾਲਤ ਨੇ ਪੇਸ਼ ਦਿੱਤਾ ਹੈ ਮਾਨਸਾ ਅਦਾਲਤ ਦੇ ਵਿੱਚ ਇਹਨਾਂ ਸਾਰਿਆਂ ਨੂੰ 8 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਪੇਸ਼ ਕੀਤਾ ਗਿਆ ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ 4 ਦਿਨ ਦਾ ਮਨਜ਼ੂਰ ਕੀਤਾ ਪੇਸ਼ੀ ਤੋਂ ਪਹਿਲਾਂ ਇਹਨਾਂ ਨੂੰ ਮੈਡੀਕਲ ਚੈੱਕਅਪ ਕਰਵਾਉਣ ਦੇ ਲਈ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਫਿਰ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਚਾਰਾਂ ਨੂੰ ਮੁੜ 17 ਜੁਲਾਈ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਇਸ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਹਾਲੇ ਤੱਕ ਇਸ ਵਾਰ ਦਾਤ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਦੀ ਬਰਾਮਦਗੀ ਪੁਲਿਸ ਨੂੰ ਨਹੀਂ ਹੋ ਸਕੀ ਭਾਵੇਂ ਦਿੱਲੀ ਪੁਲਿਸ ਨੂੰ ਰਿਜ਼ਰਵ ਰੱਖੇ ਗਏ ਹਥਿਆਰ ਬਰਾਮਦ ਹੋ ਚੁੱਕੇ ਨੇ ਜਿਹੜੇ ਕਿ ਪਲਾਨ 2 ਦਾ ਹਿੱਸਾ ਸਨ ਤੇ ਇਹਨਾਂ ਹਥਿਆਰਾਂ ਦੀ ਬਰਾਮਦਗੀ ਦੇ ਲਈ ਲਗਾਤਾਰ ਇਹ ਜਿਹੜੇ ਮੁਲਜ਼ਮ ਫੜੇ ਗਏ ਨੇ ਜਿਹੜੇ ਸਾਵੇਂ ਸ਼ੂਟਰ ਨੇ ਪ੍ਰਿਆਵਰਤ ਫੌਜੀ ਅੰਕਿਤ ਸੇਰਸਾ ਵਰਗੇ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਮੂਸੇ ਵਾਲੇ ਨੂੰ ਮਾਰ ਮੁਕਾਇਆ ਇਹਨਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੇ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਵੀ ਇਹਨਾਂ ਨੇ ਪੁਲਿਸ ਨੂੰ ਨਹੀਂ ਦੱਸ ਹਥਿਆਰ ਕਿੱਥੇ ਨੇ ਇਸ ਕਤਲकांड ਦੇ ਵਿੱਚ ਇੱਕ ਹੋਰ ਅਪਡੇਟ ਇਹ ਹੈ ਕਿ ਡੇਢ ਮਹੀਨੇ ਬਾਅਦ ਫੋਰੈਂਸਿਕ ਰਿਪੋਰਟ ਦੇ ਵਿੱਚ ਖੁਲਾਸਾ ਜ਼ਰੂਰ ਹੋਇਆ ਕਿ ਜਿਨ੍ਹਾਂ ਹਥਿਆਰਾਂ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਉਸ ਦੇ ਵਿੱਚ AK-47 ਤੋਂ ਇਲਾਵਾ 30 bore ਤੇ 9mm ਪਿਸਤਲਾਂ ਦੀ ਵਰਤੋਂ ਕੀਤੀ ਗਈ ਸੀ ਇਹ ਖੁਲਾਸਾ ਮੂਸੇਵਾਲੇ ਦੀ ਮ੍ਰਿਤਕ ਦੇ ਅਤੇ ਮੌਕੇ ਤੋਂ ਮਿਲੀਆਂ ਗੋਲੀਆਂ ਦੀ ਜਾਂਚ ਤੋਂ ਬਾਅਦ ਹੋਇਆ ਹੈ ਪੁਲਿਸ ਨੇ ਕਤਲ ਦੇ ਵਿੱਚ ਸ਼ਾਮਿਲ 6 ਦੇ ਵਿੱਚੋਂ 3 ਨੂੰ ਗ੍ਰਿਫਤਾਰ ਕੀਤਾ ਪਰ ਹਥਿਆਰ ਪੁਲਿਸ ਦੇ ਹੱਥ ਨਹੀਂ ਲੱਗੇ ਸਿੱਧੂ ਮੂਸੇਵਾਲੇ ਦੇ ਸਰੀਰ 'ਚ ਇੱਕ ਪੂਰੀ ਤੇ ਇੱਕ ਅੱਧੀ ਬੁਲੇਟ ਮਿਲੀ ਸੀ ਜਿਹੜੀ ਥਾਰ ਗੱਡੀ ਵਿੱਚ ਮੂਸੇਵਾਲਾ ਜਾ ਰਿਹਾ ਸੀ ਉਸ 25 ਦੇ ਕਰੀਬ ਫਾਇਰ ਹੋਈ ਹਾਲਾਂਕਿ ਕੁਝ ਗੋਲੀਆਂ ਆਲੇ-ਦੁਆਲੇ ਦੀਆਂ ਕੰਧਾਂ ਤੇ ਵੀ ਮਾਰੀਆਂ ਗਈਆਂ ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਕਿ ਸਿੱਧੂ ਮੂਸੇਵਾਲੇ ਦੀ ਮੌਤ ਲਿਵਰ ਤੇ ਫੇਫੜਿਆਂ ਦੇ ਵਿੱਚ ਗੋਲੀਆਂ ਲੱਗਣ ਕਰਕੇ ਹੋਈ ਸੀ ਜਗਰੂਪ ਰੂਪਾ ਮਨਪ੍ਰੀਤ ਮੰਨੂ ਤੇ ਦੀਪਕ ਮੁੰਡੀ ਇਹ ਤਿੰਨੇ ਕਾਤਲ ਹਾਲੇ ਵੀ ਫਰਾਰ ਨੇ ਤੇ ਜਦੋਂ ਤੱਕ ਹਥਿਆਰ ਬਰਾਮਦ ਨਹੀਂ ਹੁੰਦੇ ਇੱਕ ਇੱਕ ਵੱਡੀ ਕਾਨੂੰਨੀ ਗੱਲ ਹੈ ਕਿ ਜਦੋਂ ਤੱਕ ਹਥਿਆਰ ਬਰਾਮਦ ਨਹੀਂ ਹੁੰਦੇ ਉਦੋਂ ਤੱਕ ਸਾਬਤ ਹੀ ਨਹੀਂ ਹੋ ਸਕਦਾ ਕਿ ਮੂਸੇਵਾਲੇ ਦਾ ਕਤਲ ਹੋਇਆ ਸੀ 15 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਦੋ ਗਾਇਕਾਂ ਇੱਕ ਮਰਹੂਮ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਗਾਣਾ SYL ਤੇ ਦੂਸਰਾ ਕਮਰ ਗਲੇ ਗਰੇਵਾਲ ਦਾ ਗਾਣਾ ਰਿਹਾਈ ਇਹਨਾਂ ਗਾਣਿਆਂ ਤੇ ਪਾਬੰਦੀ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ 15 ਜੁਲਾਈ ਨੂੰ ਇਸ ਟਰੈਕਟਰ ਮਾਰਚ ਦੀ ਸ਼ਾਨ ਹੈ ਜਿਹੜੀ ਉਹ SYL ਗੀਤ ਬਣੇਗਾ ਇਹ ਜਾਣਕਾਰੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਪੰਦ ਸਿੰਘ ਬੰਟੀ ਰੁਮਾਣਾ ਨੇ ਟਵੀਟ ਕਰਕੇ ਦਿੱਤੀ ਹੈ ਲਿਖਿਆ ਕਿ ਅਕਾਲੀ ਦਲ ਗੀਤ ਤੇ ਪਾਬੰਦੀ ਨੂੰ ਸਰਕਾਰ ਵੱਲੋਂ ਪੰਜਾਬੀਆਂ ਦੀ ਆਵਾਜ਼ ਤੇ ਭਾਵਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਵਜੋਂ ਦੇਖਦਾ ਇਸ ਪਾਬੰਦੀ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ 15 ਜੁਲਾਈ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਗੀਤਾਂ ਦੇ ਨਾਲ ਟਰੈਕਟਰ ਮਾਰਚ ਕੱਢੇਗਾ YouTube ਨੇ 8 ਜੁਲਾਈ ਨੂੰ ਕਮਰਗਰੇਵਾਲ ਦਾ ਟਰੈਕ ਰਿਹਾਈ ਹਟਾ ਦਿੱਤਾ ਸੀ ਜਿਹਦੇ ਵਿੱਚ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ ਇਸ ਤੋਂ ਪਹਿਲਾਂ ਮੂਸੀ ਵਾਲੇ ਦਾ SYL ਗਾਣਾ ਹਟਾ ਦਿੱਤਾ ਗਿਆ ਸੀ ਤੇ ਇੱਕ ਦਿਨ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਵੀ ਇਹ ਫੈਸਲਾ ਲਿਆ ਗਿਆ ਸੀ ਕਿ ਇਹਨਾਂ ਦੋਨਾਂ ਗਾਣਿਆਂ ਨੂੰ ਹਟਾਉਣ ਦਾ ਅਸੀਂ ਵਿਰੋਧ ਕਰਦੇ ਹਾਂ ਰੋਕ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ ਤੇ ਇਹਨਾਂ ਦੇ ਹੱਕ ਦੇ ਵਿੱਚ 15 ਜੁਲਾਈ ਨੂੰ ਅਸੀਂ ਰੋਸ ਮੂਜ਼ਾਹਰੇ ਕਰਾਂਗੇ ਟਰੈਕਟਰ ਮਾਰਚ ਕੱਢਾਂਗੇ ਤੇ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਤੋਂ ਬਾਅਦ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਉੱਠ ਖੜੇ ਨੇ ਚਾਹੇ ਸਵਾ ਮਹੀਨੇ ਦੇ ਬਾਅਦ ਹੀ ਉੱਠੇ ਨੇ ਪਰ ਹੁਣ ਜਲਦੀ ਹੀ ਮੁੱਖ ਮੰਤਰੀ ਭਗਵੰਤ ਤੰਮਾਨ ਨੂੰ ਮਿਲਣਗੇ ਕਤਲकांड ਦੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਕਲਾਕਾਰ ਕਰਮਜੀਤ ਤਨਮੋਲ ਨੇ ਕਿਹਾ ਕਿ ਮੂਸੀ ਵਾਲੇ ਦੇ ਕਤਲकांड ਵਿੱਚ ਛੇਤੀ ਜਾਂਚ ਕਰਕੇ ਕਾਤਲਾਂ ਨੂੰ ਸਜ਼ਾ ਦਿਵਾਉਣ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਕਲਾਕਾਰਾਂ ਨੂੰ ਸੁਰੱਖਿਆ ਦੇਣ ਦੀ ਵੀ ਮੰਗ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਅਤੇ ਇਨਸਾਫ ਦੀ ਮੰਗ ਕੀਤੀ ਜਾਏਗੀ ਤੇ ਕਰਮਜੀਤ ਤਨਮੋਲ ਨੂੰ ਪੰਜਾਬੀ ਫਿਲਮ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੁਣ ਆ ਗਿਆ ਹੈ ਸਿੱਧੂ ਮੂਸੇਵਾਲਾ ਕਤਲकांड ਦਾ ਜਿਹੜਾ ਮਾਸਟਰਮਾਈਂਡ ਹੈ ਉਹ ਲਾਰੈਂਸ ਬਿਸ਼ਨੋਈ ਹੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਨੇ ਕਿਸੇ ਸਿੱਟੇ ਤੇ ਪਹੁੰਚਣ ਦਾ ਕੋਈ ਜਨਤਕ ਐਲਾਨ ਨਹੀਂ ਕੀਤਾ ਹੈ ਲਾਰੈਂਸ ਬਿਸ਼ਨੋਈ ਇਕੱਲਾ ਸਿੱਧੂ ਮੂਸੇਵਾਲਾ ਕਤਲकांड ਵਿੱਚ ਹੀ ਸ਼ਾਮਲ ਨਹੀਂ ਸੀ ਇਸ ਦੇ ਨਾਲ ਬਹੁਤ ਸਾਰੇ ਹੋਰ ਕੇਸ ਵੀ ਜੁੜੇ ਹੋਏ ਨੇ ਨਵੇਂ ਪੁਰਾਣੇ ਗੱਲ ਜਿਹੜਾ ਹਿੰਦੀ ਫਿਲਮ ਅਦਾਕਾਰ ਸਲਮਾਨ ਖਾਨ ਦੀ ਕਰਾਂਗੇ ਸਲਮਾਨ ਖਾਨ ਨੂੰ ਮਾਰਨ ਦੀ ਵੀ ਇਸਨੇ 4 ਵਾਰੀ ਯੋਜਨਾ ਬਣਾਈ ਸੀ ਪਰ ਕਾਮਯਾਬ ਨਹੀਂ ਹੋ ਸਕਿਆ ਇਸ ਲਈ ਲਾਰੈਂਸ ਬਿਸ਼ਨੋਈ ਨੇ 4 ਲੱਖ ਦੀ ਰਫਲ ਵੀ ਖਰੀਦੀ ਪਰ ਇਸ ਤੋਂ ਪਹਿਲਾਂ ਸ਼ੂਟਰ ਗ੍ਰਿਫਤਾਰ ਹੋ ਗਿਆ ਸਭ ਤੋਂ ਪਹਿਲਾਂ ਲਾਰੈਂਸ ਨੇ 2018 ਦੇ ਵਿੱਚ ਸੰਪਤ ਨਹਿਰਾ ਨੂੰ ਮੁੰਬਈ ਸਲਮਾਨ ਖਾਨ ਨੂੰ ਮਾਰਨ ਲਈ ਭੇਜਿਆ ਸੀ ਪਰ ਪਿਸਟਲ ਦੀ ਰੇਂਜ ਤੋਂ ਬਾਹਰ ਹੋਣ ਕਰਕੇ ਗੈਂਗਸਟਰ ਕਾਮਯਾਬ ਨਹੀਂ ਹੋ ਸਕਿਆ ਉਸ ਤੋਂ ਬਾਅਦ 4 ਲੱਖ ਦੀ ਰਫਲ ਖਰੀਦੀ ਪਰ ਸਲਮਾਨ ਖਾਨ ਤੇ ਹਮਲੇ ਤੋਂ ਪਹਿਲਾਂ ਹੀ ਉਹ ਗ੍ਰਿਫਤਾਰ ਹੋ ਗਿਆ ਇਸ ਤੋਂ ਬਾਅਦ ਦੋ ਵਾਰੀ ਹੋਰ ਸਲਮਾਨ ਖਾਨ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਲਾਰੈਂਸ ਬਿਸ਼ਨੋਈ ਦਾ ਇੱਕ ਸਾਥੀ ਗੈਂਗਸਟਰ ਫੜਿਆ ਗਿਆ ਉਸ ਨੇ ਇਸ ਸਾਰੇ ਪੁੱਛਗਿੱਛ ਦੇ ਵਿੱਚ ਖੁਲਾਸੇ ਕੀਤੇ ਨੇ ਤੇ ਦਿੱਲੀ ਪੁਲਿਸ ਨੇ ਜਦੋਂ ਲਾਰੈਂਸ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਸੀ ਤਾਂ ਲਾਰੈਂਸ ਨੇ ਦੱਸਿਆ ਸੀ ਕਿ ਉਹ ਸਲਮਾਨ ਖਾਨ ਨੂੰ ਇਸ ਕਰਕੇ ਮਾਰਨਾ ਚਾਹੁੰਦਾ ਹੈ ਕਿਉਂਕਿ ਹਿਰਨ ਦਾ ਸ਼ਿਕਾਰ ਬਿਸ਼ਨੋਈ ਭਾਈਚਾਰੇ ਵਿੱਚ ਗਲਤ ਮੰਨਿਆ ਜਾਂਦਾ ਤੇ ਸਲਮਾਨ ਨੇ ਹਿਰਨ ਦਾ ਸ਼ਿਕਾਰ ਕੀਤਾ ਸੀ ਇਸ ਕਰਕੇ ਉਹ ਸਲਮਾਨ ਖਾਨ ਨੂੰ ਮਾਰ ਮੁਕਾਉਣਾ ਚਾਹੁੰਦਾ ਹੈ ਇਸ ਦਰਮਿਆਨੀ ਖੁਰ ਜਾਣਕਾਰੀ ਵੀ ਤੁਹਾਨੂੰ ਦਿੰਦੇ ਹਾਂ ਕਿ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੇ ਵੀਅਤਨਾਮ ਤੋਂ ਆਏ ਭਾਰਤੀ ਜੋੜੇ ਨੂੰ ਕਾਬੂ ਕੀਤਾ ਗਿਆ ਜੋੜੇ ਕੋਲੋਂ 22 ਲੱਖ ਰੁਪਏ ਤੋਂ ਵੱਧ ਮੁੱਲ ਦੇ ਪਿਸਤੌਲ ਜ਼ਬਤ ਕੀਤੇ ਗਏ ਨੇ 45 ਪਿਸਤੌਲ ਜ਼ਬਤ ਕੀਤੇ ਗਏ ਨੇ ਕਸਟਮ ਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਜਾਂਚ ਦੌਰਾਨ ਜੋੜੇ ਨੇ ਇਹ ਪਿਸਤੌਲਾਂ ਦੋ ਬੈਗਾਂ ਦੇ ਵਿੱਚ ਰੱਖੀਆਂ ਹੋਈਆਂ ਸਨ ਸੋ ਇਹ ਤਾਂ ਬਹੁਤ ਹੀ ਵੱਡੀ ਖੇਪ ਹੈ ਨਾਬਾ ਜੇਲ ਬ੍ਰੇਕ ਕਾਂਢ ਦੀ ਵੀ ਇੱਕ ਖਬਰ ਤੁਹਾਨੂੰ ਦੱਸਦੇ ਨੇ ਹਾਂ ਇਸ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਰਮਨਦੀਪ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਂਗਕਾਂਗ ਦੀ ਅਦਾਲਤ ਚੁੱਕ ਲਿਆ 2016 ਤੋਂ ਫਰਾਰ ਰੋਮੀ ਨੇ ਹੀ ਨਾਬਾ ਜੇਲ ਬਰੇਕ ਕਾਂਡ ਵਿੱਚ ਭੱਜੇ ਮੁਲਸਮਾਂ ਨੂੰ ਪੈਸਾ ਦੇ ਕੇ ਮਦਦ ਕੀਤੀ ਸੀ ਇਹ ਪੁਲਿਸ ਦਾ ਦਾਵਾ ਹੈ ਗੈਂਗਸਟਰ ਰਮਨਦੀਪ ਰੋਮੀ ਤੇ ਹਾਂਗਕਾਂਗ ਵਿੱਚ ਡਕੈਤੀ ਦਾ ਮਕਦਮਾ ਚੱਲ ਰਿਹਾ ਸੀ ਜਿਦੇ ਵਿੱਚ ਉਸਦੀ ਗ੍ਰਿਫਤਾਰੀ ਹੋਈ ਹੈ ਜਿਵੇਂ ਹੀ ਪੁਲਿਸ ਨੂੰ ਗ੍ਰਿਫਤਾਰੀ ਦੀ ਜਾਣਕਾਰੀ ਮਿਲੀ ਵਿਦੇਸ਼ ਮੰਤਰੀ ਅਲੇ ਨੂੰ ਅਰਜ਼ੀ ਦੇ ਕੇ ਰੋਮੀ ਦੀ ਹਵਾਲਗੀ ਪੰਜਾਬ ਪੁਲਿਸ ਨੇ ਮੰਗ ਲਈ ਹੈ ਪੰਜਾਬ ਪੁਲਿਸ ਨੂੰ ਰੋਮੀ ਦੀ 2016 ਵਿੱਚ ਜਲੰਧਰ ਤੇ ਲੁਧਿਆਣਾ ਵਿੱਚ ਹੋਏ ਇੱਕ ਕਤਲ ਮਾਮਲੇ ਦੇ ਵਿੱਚ ਵੀ ਤਲਾਸ਼ ਸੀ ਅਗਲੀ ਖਬਰ ਕੈਨੇਡਾ ਜਾਣ ਦੇ ਚਾਹਵਾਨਾਂ ਦੇ ਲਈ ਹੈ ਚੰਗੀ ਖਬਰ ਹੈ ਕਿਉਂਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਪ੍ਰਵਾਸੀਆਂ ਦੇ ਲਈ ਬੂਹੇ ਪੂਰੀ ਤਰ੍ਹਾਂ ਖੋਲ ਦਿੱਤੇ ਨੇ ਸਰਕਾਰ ਨੇ ਵਾਦ ਵਧ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਹੈ ਇਹਦੇ ਨਾਲ ਵੱਖ-ਵੱਖ ਖੇਤਰਾਂ ਦੇ ਵਿੱਚ ਬਿਹਤਰੀਨ ਕੰਮ ਕਰਨ ਵਾਲੇ ਨੌਜਵਾਨਾਂ ਦਾ ਵੀ ਹੁਣ ਮੁੱਲ ਪਵੇਗਾ ਜਿਹੜੇ ਕੈਨੇਡਾ ਦੇ ਵਿੱਚ ਹਲੇ ਕੱਚੇ ਕੰਮੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਪੀਆਰ ਛੇਤੀ ਮਿਲਣ ਦੀ ਸੰਭਾਵਨਾ ਵੱਧ ਗਈ ਹੈ ਕੈਨੇਡਾ ਨੇ ਪੀਆਰ ਦੇ ਨਾਲ ਨਾਲ ਵਰਕ ਪਰਮਿਟ ਤੇ ਆਉਣ ਦਾ ਰਾਹ ਵੀ ਸੌਖਾ ਕਰ ਦਿੱਤਾ ਹੈ ਜਿਨ੍ਹਾਂ ਕਾਮਿਆਂ ਦੀ ਕੈਨੇਡਾ ਦੇ ਵਿੱਚ ਵਧੇਰੇ ਮੰਗ ਹੈ ਉਹਨਾਂ ਦੇ ਵਿੱਚ ਕਿਸਾਨ ਅਧਿਆਪਕ ਇੰਜੀਨੀਅਰ ਨਰਸਾਂ ਤੇ ਡਰਾਈਵਰ ਸ਼ਾਮਿਲ ਨੇ ਕੈਨੇਡਾ ਦੇ ਵਿੱਚ ਪੀਆਰ ਲੈਣ ਦਾ ਰਾਹ ਬੜਾ ਪਾਰਦਰਸ਼ੀ ਰੱਖਿਆ ਗਿਆ ਉਮੀਦਵਾਰ ਦੀ ਯੋਗਤਾ ਤਜਰਬਾ ਤੇ ਹੋਰ ਪ੍ਰਾਪਤੀਆਂ ਦਾ ਅੰਕ ਜੋੜ ਕੇ ਹੁਣ ਤੁਸੀਂ ਖੁਦ ਅਪਲਾਈ ਕਰ ਸਕਦੇ ਹੋ ਕੋਵਿਡ ਤੋਂ ਬਾਅਦ ਕੈਨੇਡਾ ਨੇ ਉੱਥੇ ਰਹਿਣ ਵਾਲੇ ਕੱਚੇ ਪ੍ਰਵਾਸੀਆਂ ਨੂੰ ਪੱਕੇ ਕਰਨ ਦੀ ਪਹਿਲ ਦਿੱਤੀ ਸੀ ਪਰ ਜੁਲਾਈ ਦੇ ਪਹਿਲੇ ਹਫ਼ਤੇ ਕੱਢੇ ਵਿਸ਼ਵਿਆਪੀ ਡਰਾ ਦੇ ਵਿੱਚ 557 ਅੰਕਾਂ ਵਾਲਾ ਜਿਹੜਾ 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 ਸਲੋਟ ਹੈ ਉਹ ਚੁੱਕਿਆ ਗਿਆ ਹੈ ਪੰਜਾਬੀਆਂ ਦੇ ਲਈ ਇਹ ਫੈਸਲਾ ਕਾਫੀ ਰਾਸ ਆਊਗਾ ਕਿਉਂਕਿ ਇੱਥੇ 252 ਜਣੇ ਰੋਜ਼ਾਨਾ ਦੇਸ਼ ਵਿਦੇਸ਼ ਦੇ ਲਈ ਉਡਾਰੀ ਭਰ ਰਹੇ ਨੇ ਪੰਜਾਬ 'ਚ ਕਰੀਬ 55 ਲੱਖ ਘਰ ਨੇ ਤੇ ਲੰਘੇ 7 ਵਰਿਆਂ ਦੇ ਵਿੱਚ 54 ਲੱਖ 36 ਹਜ਼ਾਰ ਲੋਕਾਂ ਦੇ ਪਾਸਪੋਰਟ ਬਣ ਚੁੱਕੇ ਨੇ ਇੱਕ ਅੰਦਾਜ਼ੇ ਦੇ ਮੁਤਾਬਿਕ ਦੇਸ਼ ਭਰ ਵਿੱਚੋਂ ਕਰੀਬ 9 ਤੋਂ 10% ਦੀ ਪਾਸਪੋਰਟ ਪੰਜਾਬ 'ਚ ਹੀ ਬਣ ਜਾਂਦੇ ਨੇ ਬਾਹਰ ਜਾਣ ਦੇ ਨਾਲ ਹੀ ਜੁੜੀ ਇੱਕ ਹੋਰ ਵੱਡੀ ਖਬਰ ਹੈ ਕਿ ਮੁਹਾਲੀ ਤੋਂ ਅਕਤੂਬਰ ਦੇ ਵਿੱਚ ਕੈਨੇਡਾ ਅਤੇ ਇੰਗਲੈਂਡ ਲਈ ਸਿੱਧੇ ਜਹਾਜ਼ ਉੱਡਣੇ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਦਰਅਸਲ ਡਾਗ ਵੈਰਕਸ ਇੰਟਰਨੈਸ਼ਨਲ ਕੈਪੀਟਲ ਕੰਪਨੀ ਨੇ ਮੁਹਾਲੀ 에ਰਪੋਰਟ ਅਥਾਰਟੀ ਨੂੰ ਚਿੱਠੀ ਭੇਜ ਕੇ ਕੈਨੇਡਾ ਦੇ ਟੋਰਾਂਟੋ ਤੇ ਇੰਗਲੈਂਡ ਦੇ ਸ਼ਹਿਰ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਪੇਸ਼ਕਸ਼ ਦਿੱਤੀ ਹੈ। ਇਹ ਉਡਾਣਾਂ ਇਸੇ ਸਾਲ ਅਕਤੂਬਰ ਤੋਂ ਸ਼ੁਰੂ ਹੋ ਜਾਣਗੀਆਂ ਜੇ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਸਿਰੇ ਚੜ ਗਿਆ। ਮੁਹਾਲੀ ਕਮਨਟਰੀ 에ਰਪੋਰਟ ਅਥਾਰਟੀ ਦੇ ਚੀਫ ਐਗਜ਼ੀਕਟਿਵ ਆਫੀਸਰ ਰਕੇ ਸ਼ਰੰਜਨ ਸਾਇ ਨੇ ਵਿਦਿਆ ਸੈ ਕਿ ਕੈਨੇਡਾ ਦੀ ਕੰਪਨੀ ਨੇ ਮੁਹਾਲੀ ਤੋਂ ਡਰੰਟੋ ਤੇ ਵੈਨਕੂਵਰ ਤੋਂ ਵੈਨਕੂਵਰ ਤੱਕ ਉਡਾਣਾ ਸ਼ੁਰੂ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਅਥਾਰਟੀ ਨੇ ਬਿਨਾਂ ਦੇਰੀ ਹਮਈ ਪਰ ਦਿੱਤੀ ਹੈ ਹੁਣ ਕੰਪਨੀ ਦੇ ਆਖਰੀ ਹੰਗਾਰੇ ਦੀ ਉਡੀਕ ਕੀਤੀ ਜਾ ਰਹੀ ਹੈ ਕੈਨੇਡਾ ਤੇ ਇੰਗਲੈਂਡ ਨੂੰ ਉਡਾਣਾ ਸ਼ੁਰੂ ਹੋਣ ਨਾਲ ਪੰਜਾਬੀ ਭਾਈਚਾਰਾ ਹੀ ਨਹੀਂ ਬਲਕਿ ਜਿਹੜੇ ਆਸ-ਪਾਸ ਦੇ ਸੂਬੇ ਨੇ ਹਰਿਆਣਾ, ਹਿਮਾਚਲ, ਰਾਜਸਥਾਨ ਸੂਬੇ ਦੇ ਲੋਕਾਂ ਨੂੰ ਵੀ ਬਹੁਤ ਰਾਹਤ ਮਿਲੇਗੀ ਵੱਡੀ ਰਾਹਤ ਮਿਲੇਗੀ ਨਹੀਂ ਤਾਂ ਸਾਰਿਆਂ ਨੂੰ ਦਿੱਲੀ ਹੀ ਜਾਣਾ ਪੈਂਦਾ ਹੈ ਹਾਲ ਹੀ ਕਿੜੀ ਪਹਿਲੇ 3 ਮਹੀਨਿਆਂ ਲਈ 200 ਸੀਟਾਂ ਵਾਲੇ ਚਾਰਟਰਡ ਫਲਾਈਟ ਨਾਲ ਤਜਰਬਾ ਸ਼ੁਰੂ ਕੀਤਾ ਜਾ ਰਿਹਾ ਹੈ ਦੇਸ਼ ਦੇ ਵਿੱਚ ਹੁਣ 18 ਤੋਂ 59 ਸਾਲ ਦੀ ਉਮਰ ਦੇ ਲੋਕ ਸਰਕਾਰੀ ਕੇਂਦਰਾਂ ਤੇ ਕੋਵਿਡ ਟੀਕੇ ਦੀ ਬੂਸਟਰ ਡੋਜ਼ ਮੁਫਤ ਲਗਵਾ ਸਕਣਗੇ ਇਹ ਮੁਹਿੰਮ 15 ਜੁਲਾਈ ਤੋਂ ਸ਼ੁਰੂ ਹੋ ਜਾਏਗੀ ਯਾਨੀ ਕਿ ਸ਼ੁੱਕਰਵਾਰ ਤੋਂ ਪੂਰੇ ਦੇਸ਼ ਵਿੱਚ ਸ਼ੁਰੂ ਹੋ ਜਾਏਗੀ ਪੰਜਾਬ ਦੇ ਵਿੱਚ ਪਨਬਸਤੇ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਨੇ ਆਪਣੀਆਂ ਇਲੈਕਟ ਰੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਪੂਰੇ ਪੰਜਾਬ ਚ 2 ਘੰਟਿਆਂ ਤੱਕ ਬੱਸ ਅੱਡੇਾਂ ਤੇ ਚੱਕਾ ਜਾਮ ਕਰ ਦਿੱਤਾ ਇਹਨਾਂ ਦਾ ਇਲਜ਼ਾਮ ਹੈ ਕਿ ਜਿਨ੍ਹਾਂ ਫੈਸਲਿਆਂ ਦਾ ਖੁਦ ਆਮ ਆਦਮੀ ਪਾਰਟੀ ਵਿਰੋਧ ਕਰਦੀ ਰਹੀ ਹੁਣ ਉਹ ਆਪਣੀ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਖੁਦ ਲਾਗੂ ਕੀਤੇ ਜਾ ਰਹੇ ਨੇ ਇਹਨਾਂ ਦੀ ਮੁੱਖ ਮੰਗ ਹੈ ਕੱਚੇ ਕਾਮੇ ਪੱਕੇ ਕੀਤੇ ਜਾਣ ਤੇ ਜਦੋਂ ਤੱਕ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰਦੀ ਸਾਡਾ ਸੰਘਰਸ਼ ਕਹਿੰਦੇ ਜਾਰੀ ਰਹੇਗਾ 18 ਜੁਲਾਈ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ 19 ਜੁਲਾਈ ਨੂੰ ਸੜਕਾਂ ਤੇ ਜਾਮ ਲਾ ਦੇਣਗੇ ਹਾਲੇ ਤਾਂ ਬੱਸ ਅੱਡਿਆਂ ਦੇ ਬਾਹਰ ਹੀ ਉਹਨਾਂ ਨੇ ਦੋ ਦੋ ਘੰਟੇ ਦਾ ਜਾਮ ਲਾਇਆ ਸੀ ਪਰ 19 ਨੂੰ ਉਸ ਪੂਰੀਆਂ ਸੜਕਾਂ ਤੇ ਜਾਮ ਲਾਉਣਗੇ ਸੰਘਰਸ਼ ਹੋਰ ਤੇਜ਼ ਕਰਨਗੇ ਤੇ ਇਹਨਾਂ ਦੇ ਇੱਕ ਹੋਰ ਵੱਡੀ ਸਮੱਸਿਆ ਤਨਖਾਹਾਂ ਲੇਟ ਮਿਲਣਦੀ ਹੈ ਕਹਿੰਦੇ ਇੱਕ ਤਾਂ ਕੱਚਿਆਂ ਉੱਤੋਂ ਤਨਖਾਹ ਲੇਟ ਆਉਂਦੀ ਹੈ ਗੁਜ਼ਾਰਾ ਕਿਵੇਂ ਚੱਲੇਗਾ ਆਰਥਿਕ ਹਾਲਾਤ ਮੰਦੇ ਹੋ ਰਹੇ ਨੇ ਬੋਧਵਾਰ ਨੂੰ ਬਠਿੰਡੇ ਦੇ ਵਿੱਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਬੀਜਾਂ ਤੇ ਦਵਾਈਆਂ ਵਾਲੇ ਗੋਦਾਮਾਂ ਤੇ ਛਾਪੇਮਾਰੀ ਕੀਤੀ ਇਸ ਤਰ੍ਹਾਂ ਵਿਭਾਗ ਦੇ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਨਕਲੀ ਕੀੜੇ ਮਾਰ ਦਵਾਈਆਂ ਤੇ ਹੋਰ ਬੀਜਾਂ ਦੀ ਖੇਪ ਜ਼ਬਤ ਕੀਤੀ ਇਸ ਮੌਕੇ ਚੰਡੀਗੜ੍ਹ ਤੋਂ ਟੀਮ ਦੇ ਨਾਲ ਆਏ ਜਸਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੰਗਲਵਾਰ ਨੂੰ ਮੰਤਰੀ ਢਾਲੀਵਾਲ ਦੇ ਨਾਲ ਜਾਇਜ਼ਾ ਲੈਣ ਮੌਕੇ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਤੁਰੰਤ ਬਠਿੰਡੇ ਦੇ ਥਰਮਲ ਪਲਾਂਟ ਦੇ ਨੇੜੇ ਸਥਿਤ ਗੋਦਾਮ 'ਚ ਖੇਤੀਬਾੜੀ ਦੀ ਵਿਸ਼ੇਸ਼ ਟੀਮ ਨੇ ਛਾਪੇਮਾਰੀ ਕੀਤੀ ਛਾਪੇਮਾਰੀ 'ਚ ਵੱਡੀ ਮਾਤਰਾ 'ਚ ਨਕਲੀ ਖਾਦਾਂ ਦੀਆਂ ਡੀਐਮਆਰ ਦਵਾਈਆਂ ਬਰਾਮਦ ਹੋਈਆਂ ਗੋਦਾਮ 'ਚ ਪਏ ਹੋਰ ਸਮਾਨ ਦੀ ਗਿਣਤੀ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਗੋਦਾਮ ਦੇ ਮਾਲਕ ਅਤੇ ਫੈਕਟਰੀ ਮਾਲਕ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਹੁਣ ਘਟਾਲਿਆਂ ਦੀ ਗੱਲ ਕਰਾਂਗੇ ਨਾਪਾ ਜੇਲ੍ਹ ਦੇ ਵਿੱਚ ਬੰਦ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਦੀਆਂ ਆਉਣ ਵਾਲੇ ਦਿਨਾਂ 'ਚ ਹੋਰ ਮੁ ਨੇ ਆਇ ਕਥਿਤ ਐਸ ਸੀ ਐਸ ٹی ਘਟਾਲੇ ਨਾਲ ਜੁੜੀਆਂ ਸਾਰੀਆਂ ਫਾਈਲਾਂ ਮੰਗਵਾ ਲਈਆਂ ਨੇ ਵਜ਼ੀਫਾ ਘਟਾਲੇ ਦੇ ਨਾਲ ਜੁੜੀਆਂ ਹੋਈਆਂ ਛੇਤੀ ਹੀ ਜਾਂਚ ਤੋਂ ਬਾਅਦ ਇਸ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਫਾਈਲਾਂ ਦੀ ਜਾਂਚ ਵੇਖਿਆ ਜਾਏਗਾ ਕਿ ਘਟਾਲੇ ਦੇ ਪਿੱਛੇ ਕਿਸ ਦੀ ਮਿਲੀਭੁਗਤ ਸੀ ਆਖਰਕਾਰ ਕੇਂਦਰ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਲਈ ਭੇਜੇਗੇ ਵਜ਼ੀਫੇ ਦੀ ਰਕਮ ਵਿਦਿਆਰਥੀਆਂ ਤੱਕ ਕਿਉਂ ਨਹੀਂ ਪਹੁੰਚ ਸકી ਇਦੇ ਵਿੱਚ ਕੀ ਕੋਈ ਕਾਲਜ ਜਾਂ ਫਿਰ ਯੂਨੀਵਰਸਿਟੀ ਤਾਂ ਨਹੀਂ ਸ਼ਾਮਲ ਸੀ ਸਾਰੇ ਤੱਥਾਂ ਦੀ ਜਾਂਚ ਕੀਤੀ ਜਾਏਗੀ ਹਾਲਾਂਕਿ ਇਸ ਮਾਮਲੇ ਵਿੱਚ ਕੇਂਦਰ ਤੇ ਸੂਬਾ ਸਰਕਾਰੀਆਂ ਦੀਆਂ ਦੋ ਕਮੇਟੀਆਂ ਆਪਣੀ ਜਾਂਚ ਰਿਪੋਰਟ ਦੇ ਚੁੱਕੀਆਂ ਨੇ ਤੇ ਧਰਮਸੋਤ ਨੂੰ ਕੈਪਟਨ ਮਰਿੰਦਰ ਸਿੰਘ ਨੇ ਕਲੀਨ ਚਿਟਵੀ ਦੇ ਦਿੱਤੀ ਸੀ ਫਿਲਹਾਲ ਧਰਮਸੋਤ ਜੰਗਲਾਤ ਮੰਤਰੀ ਵਜੋਂ ਕਰੋੜਾਂ ਦੇ ਰੁੱਖ ਖਾਣ ਦੇ ਬਦਲੇ ਜੇਲ੍ਹ ਵਿੱਚ ਬੰਦ ਨੇ ਤੇ ਹੁਣ ਚਰਚਾ ਵੀ ਚੱਲ ਰਹੀ ਹੈ ਕਿ ਵਿਜੀਲੈਂਸ ਵਿਭਾਗ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਪ੍ਰਸ਼ਟਾ ਨੌਕਰ ਸ਼ਾਹਾਂ ਦੇ ਖਿਲਾਫ ਵੀ ਕਾਰਵਾਈ ਕਰ ਸਕਦਾ ਹੈ ਹੁਣ ਤੱਕ ਤਾਂ ਸਿਰਫ ਮੰਤਰੀ ਕਿੜਕੀ ਦੇ ਵਿੱਚ ਸਨ ਤੇ ਹੁਣ ਜਿਹੜੇ ਅਫਸਰ ਨੇ ਉਹ ਕੜੇ ਕੀ ਵਿੱਚ ਫਸਣਗੇ ਇਸ ਦੇ ਲਈ ਵਿਜੀਲੈਂਸ ਨੇ ਵਿਭਾਗਾਂ ਦੇ ਮੁਖੀਆਂ ਤੋਂ ਮਨਜ਼ੂਰੀ ਵੀ ਮੰਗ ਲਈ ਹੈ ਮਨਜ਼ੂਰੀ ਮਿਲਦੇ ਹੀ ਵਿਜੀਲੈਂਸ ਵਿਭਾਗ 100 ਤੋਂ ਵੱਧ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰੇਗਾ ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਆਈਐਸ ਅਧਿਕਾਰੀ ਸ਼ਾਮਲ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿੱਚ ਬੇਨਿਜਮੀਆਂ ਦੇ ਦੋਸ਼ੀਆਂ 'ਤੇ 52 ਕਸਦਿਆਂ ਇਸ ਦੀ ਡੂੰਘਾਈ ਨਾਲ ਜਾਂਚ ਦਾ ਹੁਕਮ ਵੀ ਦੇ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਸਰਕਾਰ ਇਹਨਾਂ ਬੇਨਿਜਮੀਆਂ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਵਚਨਬੱਧ ਹੈ ਤਾਂ ਕਿ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਹੋਵੇ। ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਵਜ਼ੀਫੇ ਦੇ ਜਨਤਕ ਪੈਸੇ ਦੀ ਵੰਡ ਵਿੱਚ ਬੇਨਿਜਮੀਆਂ ਤੇ ਕਿਸੇ ਵੀ ਕਟਾਹੀ ਦਾ ਪਤਾ ਲਾਉਣ ਲਈ ਇਸ ਮਾਮਲੇ ਦੀ ਹਰੇਕ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ। ਸੋ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਿੱਚ ਜੁਟੀ ਹੋਈ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਵੀ ਘਿਰਦੀ ਰਹਿੰਦੀ ਹੈ ਆਪਣੇ ਹੀ ਕੀਤੇ ਕੰਮਾਂ ਕਰਕੇ ਪਾਰਟੀ ਦੇ ਸਾਬਕਾ ਲੀਡਰ ਤੇ ਸਾਬਕਾ ਲੋਕ ਸਭਾ ਮੈਂਬਰ ਡਾਕਟਰ ਤਨਵੀਰ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਖਿਲਾਫ ਚਾਹੇਤਿਆਂ ਨੂੰ ਨੌਕਰੀਆਂ ਦੇਣ ਦੇ ਇਲਜ਼ਾਮ ਲਾਏ ਨੇ ਗਾਂਧੀ ਨੇ ਕਿਹਾ ਕਿ ਪਹਿਲਾ ਮਾਨ ਸਰਕਾਰ ਆਪਣੇ ਚਾਹੇਤਿਆਂ ਨੂੰ ਚੋਰ ਮੋਰੀਆਂ ਰਾਹੀਂ ਨੌਕਰੀਆਂ ਦਿੰਦੀ ਹੈ ਜਦੋਂ ਰੌਲਾ ਪੈ ਜਾਂਦਾ ਫਿਰ ਮੁੱਕਰ ਜਾਂਦੀ ਹੈ ਆਪਣੇ ਸਰਕਾਰੀ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਫਿਰ ਇਹਦਾ ਖੰਡ ਕਰਨ ਲੱਗਦੀ ਹੈ ਦਰਸਲ ਲੰਗੇ ਦਿਨੀ ਵਿਕਾਸ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਦੇ ਵੱਲੋਂ ਡਾਇਰੈਕਟਰ ਸੋਸ਼ਲ ਮੀਡੀਆ ਨਿਯੁਕਤ ਕਰਨ ਬਾਰੇ ਕਈ ਮੀਡੀਆ ਆਧਾਰਾਂ 'ਚ ਖਬਰ ਲੱਗੀ ਸੀ ਤੇ ਪੰਜਾਬ ਸਰਕਾਰ ਨੇ ਹੁਣ ਟਵੀਟ ਕਰਕੇ ਇਸ ਖਬਰ ਨੂੰ ਝਾਲੀ ਖਬਰ ਕਹਿ ਦਿੱਤਾ ਡਾਕਟਰ ਧਰਮਵੀਰ ਗਾਂਧੀ ਨੇ ਇਸ ਤੇ ਹੁਣ ਕਿੰਤੂ ਪ੍ਰੰਤੂ ਕਰਦਿਆਂ ਕਿਹਾ ਕਿ ਜੇ ਵਿਕਾਸ ਪ੍ਰਸ਼ਾਸਨ ਨੂੰ ਨਿਯੁਕਤ ਨਹੀਂ ਕੀਤਾ ਗਿਆ ਤਾਂ ਉਹ ਇੱਕ ਦਿਨ ਪਹਿਲਾਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਮੀਟਿੰਗ ਵਿੱਚ ਕਾਰ ਕੀ ਰਿਹਾ ਸੀ ਵਿਕਾਸ ਪ੍ਰਸ਼ਾਸਨ ਦੀ ਰਜਿਸਟਰ ਵਿੱਚ ਵੀ ਹਾਜ਼ਰੀ ਲੱਗੀ ਹੋਈ ਹੈ ਕਾਪੀ ਨਾਲ ਨਹੀਂ ਹੈ ਤਾਂ ਫਿਰ ਸਰਕਾਰ ਕਿਵੇਂ ਮੁੱਕਰ ਸਕਦੀ ਹੈ ਗਾਂਧੀ ਨੇ ਸਵਾਲ ਚੁੱਕੇ ਨੇ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਛੱਡ ਕੇ ਆਪਣੇ ਚਹੇਤਿਆਂ ਨੂੰ ਚੋਰ ਮੋਰੀਆਂ ਰਾਹੀਂ ਨੌਕਰੀਆਂ ਕਿਉਂ ਵੰਡ ਰਹੀ ਹੈ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਡਰੇਨੇਜ ਸਰਕਲ ਇੰਜੀਨੀਅਰਾਂ ਨੇ ਪੰਜਾਬ ਮੁੱਖ ਮੰਤਰੀ ਨੂੰ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਆਈਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਅੜੀਲ ਵਤੀਰੇ ਦੀ ਸ਼ਿਕਾਇਤ ਕੀਤੀ ਹੈ ਕ੍ਰਿਸ਼ਨ ਕੁਮਾਰ ਉਹੀ ਅਧਿਕਾਰੀ ਨੇ ਜਦੋਂ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਸਿੱਖਿਆ ਸਕੱਤਰ ਹੁੰਦੇ ਸੀ ਅਤੇ ਇਹਨਾਂ ਦੇ ਖਿਲਾਫ ਪੰਜਾਬ ਦੇ ਤਕਰੀਬਨ ਹਰ ਸਕੂਲ ਤੋਂ ਸ਼ਿਕਾਇਤਾਂ ਮਿਲਦੀਆਂ ਸੀ ਖੈਰ ਸਟਾਫ ਨੇ ਵਿਭਾਗ ਦੇ ਅਧਿਕਾਰੀਆਂ ਦੇ ਦਸਕਤਾਂ ਵਾਲੀ ਇੱਕ ਸ਼ਿਕਾਇਤ ਚਿੱਠੀ ਮੰਤਰੀ ਨੂੰ ਭੇਜੀ ਹੈ ਮੁੱਖ ਮੰਤਰੀ ਨੂੰ ਭੇਜੀ ਹੈ ਜਿਦੇ ਵਿੱਚ ਅਲਟੀਮੇਟਮ ਦਿੱਤਾ ਗਿਆ ਹੈ ਕਿ ਜੇ 14 ਜੁਲਾਈ 2022 ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ 15 ਜੁਲਾਈ ਤੋਂ ਕਲਮ ਛੱਡੋ ਹੜਤਾਲ ਸ਼ੁਰੂ ਕਰ ਦੇਣਗੇ ਚਿੱਠੀ ਦੀ ਕਾਪੀ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਇੰਜੀਨੀਅਰ ਹੈੱਡਕੁਆਟਰ ਜਲ ਸਰੋਤ ਪੰਜਾਬ ਨੂੰ ਵੀ ਭੇਜੀ ਗਈ ਹੈ ਆਪਣੀ ਸ਼ਿਕਾਇਤ ਦੇ ਵਿੱਚ ਅੰਮ੍ਰਿਤਸਰ ਡਰੇਨੇਜ ਸਰਕਲ ਦੇ ਸਟਾਫ ਨੇ ਦੋਸ਼ ਲਾਇਆ ਕਿ ਪ੍ਰਮੁੱਖ ਸਕੱਤਰ ਦਫ਼ਤਰੀ ਮੀਟਿੰਗਾਂ ਦੇ ਵਿੱਚ અપਮਾਨਜਨਕ ਟਿੱਪਣੀਆਂ ਤੇ ਸ਼ਬਦਾਂ ਦੀ ਵਰਤੋਂ ਕਰਕੇ ਇੰਜੀਨੀਅਰਾਂ ਤੇ ਸਟਾਫ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੇ ਨੇ ਸਟਾਫ ਦਾ ਦੋਸ਼ ਹੈ ਕਿ ਜੇ ਕੋਈ ਅਧਿਕਾਰੀ ਕੋਈ ਸੁਝਾਅ ਦਿੰਦਾ ਹੈ ਤਾਂ ਸੀਨੀਅਰ ਆਈਏ ਅਧਿਕਾਰੀ ਉਸ ਨੂੰ ਨਿੱਜੀ ਤੌਰ ਤੇ ਲੈ ਲੈਂਦਾ ਹੈ ਖਾਸ ਤੌਰ ਤੇ ਫਿਰ ਉਸੇ ਅਧਿਕਾਰੀ ਨੂੰ ਰੋਜ਼ਾਨਾ ਦੇ ਕੰਮ ਕਾਜ ਦੇ ਵਿੱਚ ਤੰਗ ਪਰੇਸ਼ਾਨ ਵੀ ਕਰਨ ਲੱਗਦਾ ਹੈ ਚਾਰਜ ਸ਼ੀਟ ਦੀ ਧਮਕੀ ਦਿੰਦਾ ਹੈ ਮੌਤਲੀ ਦੇ ਹੁਕਮ ਜਾਰੀ ਕਰ ਦਿੰਦਾ ਹੈ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਬਦਨਾਮ ਵੀ ਕਰ ਰਿਹਾ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਦੇ ਨਾਲ ਜੁੜੀ ਅਹਿਮ ਖਬਰ ਹੈ ਇਹ ਚੋਣ ਹਰੇਕ 4 ਸਾਲ ਬਾਅਦ ਹੁੰਦੀ ਹੈ ਇਸ ਦੌਰਾਨ ਹਰ 2 ਸਾਲ ਬਾਅਦ ਪ੍ਰਧਾਨ ਤੇ ਕਮੇਟੀ ਦੀ ਕਾਰਜਕਾਰੀ ਵੀ ਚੁਣੀ ਜਾਂਦੀ ਹੈ ਪਰ ਹੁਣ ਕਹਿੰਦੇ ਨੇ ਇਹਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ ਖਬਰਾਂ ਨੇ ਕਿ ਜਿਸ ਤਰ੍ਹਾਂ ਕਮੇਟੀ ਨੂੰ 4 ਸਾਲ ਲਈ ਚੁਣਿਆ ਜਾਂਦਾ ਹੈ ਉਸੇ ਤਰ੍ਹਾਂ ਪ੍ਰਧਾਨ ਤੇ ਕਾਰਜਕਾਰੀ ਦੀ ਚੋਣ ਵੀ ਹੁਣ 4 ਸਾਲਾਂ ਲਈ ਕੀਤੀ ਜਾਊਗੀ ਇਸ ਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਇਹਦੇ ਨਾਲ ਮੈਂਬਰਾਂ ਦੀ ਖਰੀਦੋ-ਫਰੋਖਤ ਰੁਕੂਗੀ ਇਸ ਵਾਰੀ ਜਦੋਂ ਪ੍ਰਧਾਨਗੀ ਦੀ ਚੋਣ ਹੋਈ ਸੀ ਤਾਂ ਵੱਡੇ ਪੱਦਰ ਤੇ ਪੈਸਿਆਂ ਦੀ ਵਰਤੋਂ ਦੇ ਇਲਜ਼ਾਮ ਲੱਗੇ ਸਨ 17 ਜੁਲਾਈ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦਿੱਲੀ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਇਸ ਦੀ ਮਿਆਦ 4 ਸਾਲ ਕਰ ਸਕਦੀ ਹੈ ਇਸ ਤੋਂ ਬਲਾਂ 2008 ਦੇ ਵਿੱਚ ਤਤਕਾਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਕਮੇਟੀ ਦੇ ਪ੍ਰਧਾਨ ਦੀ ਚੋਣ ਇੱਕ ਸਾਲ ਤੋਂ ਵਧਾ ਕੇ 2 ਸਾਲ ਕਰ ਦਿੱਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਵੱਲੋਂ ਰਾਜਨੀਤੀ ਸ਼ਾਸਤਰ ਦੇ ਸਿਲੇਬਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਤਵਾਦੀ ਲਿਖਣ ਦਾ ਸਖਤ ਨੋਟਿਸ ਲੈਂਦਿਆਂ ਇਸ ਮਾਮਲੇ ਦੇ ਵਿੱਚ ਕਰੜੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ ਇਹ ਵਿਵਾਦਿਤ ਸ਼ਬਦਾਵਲੀ ਪੰਜਾਬੀ ਯੂਨੀਵਰਸਿਟੀ ਵੱਲੋਂ ਰਾਜਨੀਤੀ ਦੇ ਚੌਥੇ ਸੈਮੈਸਟਰ ਵਿੱਚ ਵਰਤੀ ਗਈ ਹੈ ਕਮੇਟੀ ਪ੍ਰਧਾਨ ਨੇ ਜਾਂਚ ਦੇ ਹੁਕਮ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਤੇ ਵਿਭਾਗ ਦੇ ਮੁਖੀ ਨੂੰ ਚਿੱਠੀ ਲਿਖ ਕੇ ਸਪਸ਼ਟ ਕਰਨ ਦੇ ਲਈ ਵੀ ਕਿਹਾ ਹੈ ਉਨਾ ਕਹਿ ਕੇ ਪੰਜਾਬੀ ਯੂਨੀਵਰਸਿਟੀ ਵੱਲੋਂ ਜਿਹੀ ਕਨਾਉਣੀ ਹਰਕਤ ਕੀਤੀ ਜਾਣੀ ਉਸ ਦੀ ਪੰਜਾਬ ਤੇ ਸਿੱਖ ਵਿਰੋਧੀ ਮਨਸ਼ਾ ਦਾ ਪ੍ਰਗਟਾਵਾ ਮਹਿਸੂਸ ਹੁੰਦੀ ਹੈ ਇਹਦੇ ਨਾਲ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਤਰਾ ਵੀ ਪੈਦਾ ਹੋ ਸਕਦਾ ਹੈ ਪ੍ਰਧਾਨਤਾ ਮਿਨੀ ਕਹਿ ਕੇ ਯੂਨੀਵਰਸਿਟੀ ਵੱਲੋਂ ਜੇ ਇਸ ਸਿਲੇਬਸ ਦੇ ਵਿੱਚ ਸੋਧ ਕਰਕੇ ਮਾਫੀ ਨਾ ਮੰਗੀ ਗਈ ਤਾਂ ਕਾਨੂੰਨੀ ਕਾਰਵਾਈ ਹੋਵੇਗੀ ਪੰਜਾਬ ਦੀ ਰਾਜਧਾਨੀ ਤੇ ਸਿਟੀ ਬਿਊਟੀਫੁਲ ਚੰਡੀਗੜ੍ਹ ਤੋਂ ਖਾਸ ਖਬਰ ਹੈ ਜਿੱਥੇ ਔਰਤਾਂ ਦੇ ਹੈਲਮਟ ਪਾਉਣ ਦਾ ਨਿਯਮ ਮੁੜ ਤੋਂ ਲੋਕਾਂ ਨੂੰ ਯਾਦ ਕਰਵਾਇਆ ਗਿਆ ਹੈ ਫਿਲਹਾਲ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਤੋਂ ਛੋਟ ਹੈ ਕਿਉਂਕਿ ਮਾਮਲਾ ਅਦਾਲਤ ਦੇ ਵਿੱਚ ਹੈ ਚੰ ਸਪੀਨ ਨੇ ਦੱਸਿਆ ਕਿ ਕਰੋਨਾ ਕਾਲ ਦੇ ਦੌਰਾਨ ਔਰਤਾਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਗਈ ਸੀ ਚਲਾਨ ਨਹੀਂ ਕੀਤੇ ਜਾ ਰਹੇ ਸੀ ਪਰ ਹੁਣ ਫਿਰ ਪੁਲਿਸ ਦੀਆਂ 15 ਦੇ ਕਰੀਬ ਟੀਮਾਂ ਹੈਂਡਿਕੈਮ ਦੇ ਨਾਲ ਵੀਡੀਓ ਬਣਾਉਂਦੀਆਂ ਨੇ ਤੇ ਜਿਹੜੀ ਔਰਤ ਵੀ ਮੋਟਰਸਾਈਕਲ ਦੇ ਉੱਤੇ ਦੁਪੱਈਆ ਵਾਂ ਦੇ ਉੱਤੇ ਬੈਠੇ ਹੋਏ ਹੈਲਮਟ ਨਹੀਂ ਪਾਇਆ ਹੁੰਦਾ ਚਾਹੇ ਉਹ ਖੁਦ ਡਰਾਈਵ ਕਰ ਰਹੀ ਹੋਵੇ ਚਾਹੇ ਉਹ ਪਿੱਛੇ ਬੈਠੀ ਹੋਵੇ ਉਹਨਾਂ ਦੇ ਘਰਾਂ ਦੇ ਵਿੱਚ ਚਲਾਨ ਭੇਜੇ ਜਾ ਰਹੇ ਨੇ ਸੋ ਹੁਣ ਚੰਡੀਗੜ੍ਹ ਦੇ ਵਿੱਚ ਜੇ ਕੋਈ ਵੀ ਔਰਤ ਚਾਹੇ ਉਹ ਦੁਪੱਈਆ ਵਾਂ ਚਲਾ ਰਹੀ ਹੈ ਜਾਂ ਫਿਰ ਕਿਸੇ ਦੇ ਪਿੱਛੇ ਬੈਠੀ ਹੈ ਉਸ ਲਈ ਹੈਲਮਟ ਪੋਣਾ ਬਹੁਤ ਲਾਜ਼ਮੀ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਬੁੱਧਵਾਰ ਨੂੰ ਇੱਕ ਵਾਰ ਫਿਰ ਇੱਕ ਰੁੱਖ ਡਿੱਗਣ ਦੀ ਖਬਰ ਮਿਲੀ ਇਸ ਕਾਰਨ ਦੋ ਲੋਕ ਜ਼ਖਮੀ ਹੋ ਗਏ ਹਾਦਸਾ ਬੁੱਧਵਾਰ ਦੁਪਹਿਰ ਕਰੀਬ 2 ਵਜੇ ਸੈਕਟਰ 22 23 ਦੀਆਂ ਲਾਈਟਾਂ ਦੇ ਨੇੜੇ ਵਾਪਰਿਆ ਹਾਦਸੇ ਵਿੱਚ ਇੱਕ ਰਿਕਸ਼ਾ ਚਾਲਕ ਤੇ ਚੰਡੀਗੜ੍ਹ ਨਗਰ ਨਿਗਮ ਦਾ ਮੁਲਾਜ਼ਮ ਲਪੇਟ ਦੇ ਵਿੱਚ ਆ ਗਿਆ ਦਰਅਸਲ ਖਬਰ ਇਹ ਹੈ ਕਿ ਰੁੱਖ ਪੂਰਾ ਨਹੀਂ ਡਿੱਗਿਆ ਰੁੱਖ ਦੀ ਇੱਕ ਮੋਟੀ ਟਾਣੀ ਹੇਠਾਂ ਡਿੱਗੀ ਹੈ ਹਾਦਸੇ ਦੇ ਵਿੱਚ ਦੋਵੇਂ ਜਣੇ ਬਾਲ-ਬਾਲ ਬਚ ਗਏ ਨੇ ਕਿਉਂਕਿ ਸਿਰ ਦੇ ਉੱਤੇ ਦਸਤਾਰ ਬੰਨੀ ਹੋਈ ਸੀ ਇਸੇ ਸਾਲ ਭਾਰਤ ਆਪਣਾ 75 ਆਜ਼ਾਦੀ ਦਿਹਾੜਾ ਮਨਾਉਂ ਜਾ ਰਿਹਾ ਹੈ ਇਸ ਮੌਕੇ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਹਰ ਇੱਕ ਸੂਬੇ ਨੂੰ ਇੱਕ ਦੂਸਰੇ ਦੀਆਂ ਪਛਾਵਾਂ ਦੇ ਨਾਲ ਜੋੜਨ ਦੇ ਲਈ ਵੀ ਇੱਕ ਖਾਸ ਪ੍ਰੋਗਰਾਮ ਰੱਖਿਆ ਗਿਆ ਹੈ ਪੰਜਾਬ ਦੇ ਸਿੱਖਿਆ ਵਿਭਾਗ ਤੇ ਆਂਧਰਾ ਪ੍ਰਦੇਸ਼ ਦੇ ਸਿੱਖਿਆ ਵਿਭਾਗ ਨੇ ਮਿਲ ਕੇ ਭਾਸ਼ਾ ਦੇ ਜ਼ਰੀਏ ਇੱਕ ਦੂਸਰੇ ਦੇ ਨੇੜੇ ਆਉਣ ਲਈ ਵੱਡਾ ਉਪਰਾਲਾ ਕੀਤਾ ਹੈ 15 ਅਗਸਤ ਨੂੰ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਪੰਜਾਬ ਦੇ ਸਕੂਲਾਂ ਵਿੱਚ ਤੇਲਗੂ ਦੇ 100 ਸ਼ਬਦ ਬੋਲੇ ਜਾਣਗੇ ਇਸੇ ਤਰ੍ਹਾਂ ਹੀ ਆਂਧਰਾ ਪ੍ਰਦੇਸ਼ ਦੇ ਸਕੂਲਾਂ ਵਿੱਚ ਵੀ ਪੰਜਾਬ ਦੇ 100 ਵਾਕ ਬੋਲੇ ਜਾਣਗੇ ਇਹ ਪ੍ਰੋਗਰਾਮ ਸਿਰਫ ਪੰਜਾਬ ਚ ਨਹੀਂ ਹੋਏਗਾ ਬਲਕਿ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਣਗੇ ਭਾਸ਼ਾਵਾਂ ਦਾ ਆਦਾਨ-ਪਰਦਾਨ ਤੇ ਗਿਆਨ ਹੋਵੇਗਾ ਭਾਰਤ ਸਰਕਾਰ ਨੇ ਆਜ਼ਾਦੀ ਦੇ 75 ਸਾਲਾਂ ਨੂੰ ਅੰਮ੍ਰਿਤ ਮਹੋਤਸਵ ਦਾ ਨਾਮ ਦਿੱਤਾ ਹੈ 2017 ਦੇ ਵਿੱਚ ਗੁਰੂਗਰਾਮ ਦੇ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਦੇ ਵੱਲੋਂ 7 ਸਾਲ ਦੇ ਵਿਦਿਆਰਥੀ ਪ੍ਰਿੰਸ ਦੇ ਕਤਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਮਾਪਿਆਂ ਨੂੰ ਝਟਕਾ ਦਿੱਤਾ ਹੈ ਸਿਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਦੋਸ਼ੀ ਤੇ ਨਾਬਾਲਗ ਬੱਚੋਂ ਹੀ ਮੁਕੱਦਮਾ ਚੱਲੇਗਾ ਪੀੜਤ ਪਰਿਵਾਰ ਨੇ ਦੋਸ਼ੀ ਤੇ ਬਾਲਗ ਦੇ ਤੌਰ ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ ਪਰ ਦਿਲ ਨੂੰ ਦਿਲਾ ਦੇਣ ਵਾਲੇ ਪ੍ਰਿੰਸ ਕਤਲकांड ਦੇ ਵਿੱਚ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਪਾਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ ਅਦਾਲਤ ਨੇ ਕਿਹਾ ਕਿ ਘਟਨਾ ਵਕਤ ਦੋਸ਼ੀ ਦੀ ਉਮਰ 16.5 ਸਾਲ ਸੀ ਜਿਸ ਅਹਿ ਵਿੱਚ ਉਸ ਦੇ ਨਾਬਾਲਗ ਵਾਂਗੂ ਹੀ ਮੁਕੱਦਮਾ ਚੱਲੇਗਾ 8 ਸਤੰਬਰ 2017 ਨੂੰ ਗੁਰੂਗਰਾਮ ਦੇ ਇੱਕ ਨਿੱਜੀ ਸਕੂਲ ਦੇ ਵਿੱਚ 7 ਸਾਲਾਂ ਬੱਚੇ ਪ੍ਰਿੰਸ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਸੀ ਉਸ ਦੀ লাশ ਸਕੂਲ ਦੇ ਬਾਹਰ ਚਮਚੂ ਮੈਲਿਸਾ ਪਾਲਾ ਪੁਲਿਸ ਨੇ ਇਸ ਮਾਮਲੇ ਵਿੱਚ ਸਕੂਲ ਦੇ ਬੱਸ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਪਰ ਸੀਬੀਆਈ ਜਾਂਚ ਵਿੱਚ ਗੱਲ ਸਾਹਮਣੇ ਆਈ ਸੀ ਕਿ ਪ੍ਰਿੰਸ ਦਾ ਕਤਲ ਸਕੂਲ ਦੇ ਹੀ 1.16 ਸਾਲ ਦੇ ਵਿਦਿਆਰਥੀ ਨੇ ਕੀਤਾ ਸੀ ਸੁਪਰੀਮ ਕੋਰਟ ਨੇ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਜਾਰੀ ਭੰਨ ਤੋੜ ਦੇ ਮਹਿੰਮ ਦੇ ਖਿਲਾਫ ਹੁਕਮ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਯਾਨੀ ਕਿ ਸਾਡੇ ਮੁਲਕ ਦੀ ਸਭ ਤੋਂ ਵੱਡੀ ਅਦਾਲਤ ਨੇ ਬੁਲਡੋਜ਼ਰ ਦੀ ਕਾਰਵਾਈ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਗਲੀ ਸੁਣਵਾਈ 10 ਅਗਸਤ ਨੂੰ ਹੋਣੀ ਹੈ ਸੁਪਰੀਮ ਕੋਰਟ ਨੇ ਇਸ ਮੁਹਿੰਮ ਦੇ ਖਿਲਾਫ ਅੰਤਰੀਮ ਨਿਰਦੇਸ਼ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਅਧਿਕਾਰੀਆਂ ਨੂੰ ਕਾਰਵਾਈ ਤੋਂ ਰੋਕਣ ਵਾਲਾ ਸਰਬਵਿਆਪੀ ਆਦੇਸ਼ پاس ਨਹੀਂ ਕਰ ਸਕਦੀ ਜਸਟਿਸ ਬੀ ਆਰ ਗਵਈ ਦੇ ਬੈਂਚ ਨੇ ਸਾਰੀਆਂ ਧਿਰਾਂ ਨੂੰ ਇਸ ਮਾਮਲੇ ਦੇ ਨਾਲ ਸੰਬੰਧਿਤ ਦਲੀਲਾਂ ਪੂਰੀਆਂ ਕਰਨ ਲਈ ਕਿਹਾ ਤੇ ਅਗਲੀ ਸੁਣਵਾਈ ਦੀ ਤਰੀਕ 10 ਅਗਸਤ પા ਦੱਤੀ ਹੈ यूपी ਦੇ ਵਿੱਚ ਬੁਲਡੋਜ਼ਰਾਂ ਤੇ ਰੋਕ ਲਾਉਣ ਦੀ ਮੰਗ ਕਰਨ ਵਾਲੀ ਜਮiyet ਉਲੇਮਾ-ਏ-ਹਿੰਦ ਦੀ ਪਟੀਸ਼ਨ ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਕਿਹਾ ਕਿ 10 ਅਗਸਤ ਨੂੰ ਸੁਣਵਾਈ ਹੋਣੀ ਹੈ ਉਸ ਤੋਂ ਪਹਿਲਾਂ 8-10 ਤੱਕ ਸਾਰੀਆਂ ਧਿਰਾਂ ਆਪਣਾ ਜਵਾਬ ਦਾਖਲ ਕਰ ਸਕਦੀਆਂ ਨੇ ਅਦਾਲਤ ਨੇ ਮਧ ਪ੍ਰਦੇਸ਼ ਤੇ ਗੁਜਰਾਤ ਦੀਆਂ ਸਰਕਾਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ